ਇੱਕ ਔਰ ਇੱਕ ਕਹਿੰਦੇ 11 ਹੁੰਦੇ ਆ, ਪਰ ਸਾਡੇ ਨਾਲ ਤਾਂ 1.25 ਲੱਖ ਨੇ। ਜੇ ਬੰਦਾ ਮੈਨੂੰ ਕੋਈ ਪੁੱਛੇ ਨਾ ਪੰਜਾਬ 'ਚ ਤੂੰ ਕਿਹਦੇ ਵਰਗਾ ਬਣਨਾ, ਬਾਈ ਦੱਸੇ ਵਰਗਾ। ਅਸਲ 'ਚ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦਾ ਮਕਸਦ ਦਾ ਮਤਲਬ ਮੇਨ ਇਹੀ ਆ ਵੀ ਇਹੋ ਜਿਹੇ ਪਰਿਵਾਰਾਂ ਦੀ ਬਾਂਹ ਫੜ ਗਏ। ਹੁਣ ਲੜਾਈ ਦੇ ਵਿੱਚ ਜੋ ਗੁਰਦੁਆਰਾ ਸਾਹਿਬ 'ਚ ਹਮਲਾ ਹੋਇਆ ਸੀ ਉਹਨਾਂ ਦੇ ਵਿੱਚ ਮੈਂ ਬਚ ਗਿਆ। ਸ਼ਹੀਦਾਂ ਨੇ ਜਿੰਨਾ ਕਰਕੇ ਕੁਰਬਾਨੀਆਂ ਦਿੱਤੀਆਂ ਸਾਡੇ ਲੋਕਾਂ ਲਈ, ਉਹ ਵਿਚਾਰੇ ਬਿਨਾਂ ਇਲਾਜ ਤੋਂ ਮਰ ਰਹੇ ਨੇ। ਤੇ ਮੈਂ ਤਾਂ ਇਹਨੂੰ ਤੀਰਥ ਕਹਿੰਦਾ ਹੁੰਦਾ ਵਾ, ਇਹ ਉਹ ਦਾਰਾ ਜਿੱਥੇ ਨਿਮਾਣਿਆਂ ਦੀ, ਨਿਤਾਣਿਆਂ ਦੀ, ਨਿਆਸਰਿਆਂ ਦੀ ਬਾਂਹ ਫੜੀ ਜਾਂਦੀ ਆ। ਪੰਜ ਬੱਚੇ ਹੋਣ ਤੋਂ ਬਾਅਦ ਵੀ ਮਾਤਾ ਕੱਲੀ, ਬੜਾ ਸੌਖਾ ਹੈ ਘਰਾਂ 'ਚ ਬਹਿ ਕੇ ਰਜਾਈਆਂ 'ਚ ਕਮੈਂਟਰੀ ਦੇਣੀ ਤੇ ਇੱਥੇ ਆ ਕੇ ਮੌਕੇ ਤੇ ਇੱਕ ਇੱਕ ਦੁੱਖ ਨੂੰ ਸੁਣਨਾ। ਜੇ ਤੁਹਾਡੇ ਕੋਲੇ ਕੋਈ ਇਦੋਂ ਵਧੀਆ ਰਹਿ ਹੈਗੀ ਆ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਜ਼ਰੂਰੀ ਬੇਨਤੀ ਲੈ ਕੇ ਅੱਜ ਤੁਹਾਡੇ ਮੂਹਰੇ ਦੋਨੋਂ ਭਰਾ ਸੀ, ਬਾਈ ਜੱਸਾ ਸਿੰਘ ਜੀ ਤੇ ਮੈਂ ਲਾਈਵ ਹੋਏ ਹਾਂ। ਅਸੀਂ ਆਪਣੀ ਲੋਕੇਸ਼ਨ ਤੇ ਖੜੇ ਹਾਂ ਤੇ ਸਾਡੇ ਗੁਰਸਾਹਿਬ ਦੇ ਪਰਿਵਾਰ ਦੇ, ਸਾਡੇ ਖੁਦ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਸ਼ੁਰੂਆਤ ਹੋ ਚੁੱਕੀ ਹੈ। ਤੇ ਅਸੀਂ ਇੱਕ ਬਾਈ ਨਾਲ ਪੋਡਕਾਸਟ ਕੀਤਾ ਚਮਕੌਰ ਦੀ ਗੜੀ, ਬੜੀ ਡਿਟੇਲ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ। ਅਸੀਂ ਅਕਸਰ ਸੁਣਨ ਨੂੰ ਮਿਲਦਾ ਕਿ ਅੱਜ ਕੱਲ੍ਹ ਬੱਚਿਆਂ ਨੂੰ ਪਤਾ ਨਹੀਂ ਇਤਿਹਾਸ ਬਾਰੇ, ਪਰ ਮਾਫ਼ੀ ਚਾਹੁੰਦਾ ਬਾਈ ਜੀ, ਅਸੀਂ ਦੱਸਣ ਦੇ ਵਿੱਚ ਵੀ ਬੜੀ ਇੱਕ ਦਿੱਕਤ ਮਹਿਸੂਸ ਕਰ ਰਹੇ ਕਿਉਂਕਿ ਅਸੀਂ ਉਹ ਚੀਜ਼ਾਂ ਬੱਚਿਆਂ ਨੂੰ ਬਹਿ ਕੇ ਸਮਝਾਉਂਦੇ ਹੀ ਨਹੀਂ। ਤੇ ਅੱਜ ਬਾਈ ਨਾਲ ਪੋਡਕਾਸਟ ਆਇਆ ਸਾਡਾ ਬੈਟਲ ਆਫ ਚਮਕੌਰ, ਤੇ ਉਹਦੇ ਬਾਰੇ ਜ਼ਰੂਰ ਸੁਣਿਓ। ਮੈਂ ਲਿੰਕ ਵੀਡੀਓ ਦੇ ਉੱਪਰ ਪਾਇਆ ਹੋਇਆ ਤੇ ਅੱਜ ਦੀ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਇਹ ਵੀ ਸਾਡੇ ਗੁਰੂ ਦੇ ਬੱਚੇ ਨੇ, ਜੱਸਾ ਬਾਈ ਮੇਰੇ ਨਾਲ ਨੇ। ਬਾਈ ਅਫਗਾਨ ਤੋਂ ਜਿਹੜੀ ਲੜਾਈ ਹੋਈ ਸੀ ਥੋੜੀ ਦੇਰ ਪਹਿਲਾਂ, ਉੱਥੋਂ ਜਿਹੜੇ ਪੰਜਾਬੀ ਭਰਾ ਨਿਕਲ ਕੇ ਉੱਥੋਂ ਆਏ ਸੀ ਰੈਸਕਿਊ ਹੋ ਕੇ, ਉਹ ਇੰਡੀਆ ਤਾਂ ਆ ਗਏ, ਪਰ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ, ਇਹਨਾਂ ਦਾ ਇਲਾਜ ਨਹੀਂ ਹੋ ਪਾ ਰਿਹਾ। ਮੈਂ ਤੁਹਾਨੂੰ ਇਸ ਲਈ ਅੱਜ ਇਸ ਵੀਡੀਓ 'ਚ ਲੈ ਕੇ ਆਇਆ ਕਿ ਜਿੱਦਾਂ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਭੁੱਖਾ ਨਾ ਸੋਵੇ, ਕੋਈ ਬਿਨਾਂ ਇਲਾਜ ਤੋਂ ਨਾ ਰਵੇ। ਮੈਂ ਕਹਿੰਦਾ ਕਿ 365 ਦਿਨ ਸਾਲ ਦੇ ਜਿੰਨੇ ਕੁ ਸਾਹ ਸਾਡੇ ਬਖਸ਼ੇ ਨੇ, ਉਹ ਸਾਰੇ ਹੀ ਕਿਉਂ ਉਹਨਾਂ ਗੁਰਸਾਹਿਬਾਂ ਦੀ ਸ਼ਹੀਦੀ ਨੂੰ ਯਾਦ ਕਰਕੇ ਹੀ ਕੋਟੀ ਕੋਟੀ ਪ੍ਰਣਾਮ ਕੀਤਾ ਜਾਵੇ ਉਹਨਾਂ ਨੂੰ ਤੇ ਇਹ ਦਿਨ ਨੂੰ ਜਿਹੜਾ ਕੀਤਾ ਜਾਵੇ। ਨਹੀਂ ਸਹੀ ਤਾਂ ਇਹੀ ਹੈ ਵੀਰੇ, ਹੁਣ ਮੈਂ ਆ ਰਿਹਾ ਸੀ, ਉਹ ਪੁੱਛ ਰਹੇ ਕਿ ਸ਼ਹੀਦੀ ਦਿਹਾੜਾ ਨੂੰ ਆਪਾਂ ਕਹਿੰਦੇ ਮੁੱਖ ਰੱਖ ਕੇ ਅਸੀਂ ਕਾਰਜ ਕਰਨ ਲੱਗੇ ਹਾਂ, ਉਹ ਕਹਿੰਦੇ ਅਸਲ 'ਚ ਹਰ ਰੋਜ਼ ਹੀ ਸ਼ਹੀਦੀ ਦਿਹਾੜਾ। ਵੈਸੇ ਪ੍ਰੈਕਟੀਕਲ ਵੀ ਦੇਖੀਏ ਕੋਈ ਇਹੋ ਜਿਹਾ ਦਿਨ ਨਹੀਂ ਜਿੱਦੇ ਸ਼ਹਾਦਤ ਬਾਈ ਜੀ ਨਾ ਹੋਈ ਹੋਵੇ। ਬਿਲਕੁਲ 365 ਦੇ 365 ਦਿਨ ਸ਼ਹਾਦਤਾਂ ਹੋਈਆਂ ਨੇ। ਅਸਲ 'ਚ ਇਹੀ ਆ ਜੀ, ਸਦਾ ਹਰ ਵੇਲੇ ਹੀ ਤਿਆਰ ਬਰ ਤਿਆਰ ਰਹਿਣਾ, ਅਤੇ ਇਹਨਾਂ ਲੋਕਾਂ ਲਈ ਤਾਂ ਦੇਖੋ, ਇਹਨਾਂ ਲਈ ਤਾਂ ਬਾਈ ਜੀ ਜੋ ਇਸ ਤਰ੍ਹਾਂ ਜਿਵੇਂ ਬਾਈ ਜੀ ਹੁਣ ਬੈਠੇ ਨੇ, ਜਿਸ ਤਰ੍ਹਾਂ ਲੱਗੀਆਂ ਸੋਈ ਜਾਣੇ। ਅਸਲ 'ਚ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦਾ ਮਕਸਦ ਦਾ ਮਤਲਬ ਮੇਨ ਇਹੀ ਆ ਵੀ ਇਹੋ ਜਿਹੇ ਪਰਿਵਾਰਾਂ ਦੀ ਬਾਂਹ ਫੜ ਗਏ। ਕੀ ਹੋਇਆ ਬਾਈ ਜੀ ਤੁਹਾਨੂੰ? ਅਸੀਂ ਬਾਂਹ ਟੁੱਟ ਗਈ ਹੈ ਜੀ, ਮੈਂ ਅਫਗਾਨਿਸਤਾਨ ਤੋਂ ਆਇਆ ਸੀ ਸਿਰਫ, ਹੁਣ ਲੜਾਈ ਦੇ ਵਿੱਚ ਜੋ ਗੁਰਦੁਆਰਾ ਸਾਹਿਬ 'ਚ ਹਮਲਾ ਹੋਇਆ ਸੀ, ਮੇਰਾ ਨਾਮ ਸੂਰਜ ਸਿੰਘ ਹੈ, ਉਹਦੇ ਵਿੱਚ ਕਈ ਬੰਦੇ ਸ਼ਹੀਦ ਹੋ ਗਏ ਸੀ, ਉਹਨਾਂ ਦੇ ਵਿੱਚ ਮੈਂ ਬਚ ਗਿਆ ਸੀ, ਫਿਰ ਆ ਗਿਆ ਸੀ ਲੁਧਿਆਣੇ, ਮੈਂ ਰਿਕਸ਼ਾ ਚਲਾ ਰਿਹਾ ਸੀ, ਮੇਰੇ ਪੈਰ ਲਿਸ ਗਿਆ ਅਤੇ ਹੱਡੀ ਟੁੱਟ ਗਈ ਹੈ, ਹੁਣ ਪਲਸਤਰ ਕਰਵਾਇਆ, ਹੱਡੀ ਜੁੜੀ ਨਹੀਂ ਹੈ, ਉਹ ਕਹਿਣ ਲੱਗਾ ਆਪਰੇਸ਼ਨ ਹੋਣਾ। ਅਫਗਾਨਿਸਤਾਨ ਜਿਹੜਾ ਗੁਰਦੁਆਰਾ ਸਾਹਿਬ ਹਮਲਾ ਨਹੀਂ ਹੋਇਆ ਸੀ ਬਿਲਕੁਲ ਆਤੰਕਵਾਦੀਆਂ ਦਾ ਜੀ ਬਾਈ, ਉਸ ਹਮਲੇ ਦੇ ਵਿੱਚ ਉਸ ਖਬਰ ਕਿੰਨੀ ਵਾਇਰਲ ਹੋਈ ਸੀ। ਬਿਲਕੁਲ, ਤੇ ਗੁਰਦੁਆਰਿਆਂ ਦੀ ਉਹ ਦੇਖੋ ਅੱਖਾਂ ਬਾਈ ਦੀਆਂ ਪਹਿਲਾਂ ਹੀ ਅੱਖਾਂ ਭਰੀਆਂ ਪਈਆਂ ਨਾ, ਜੋ ਉਹਨਾਂ ਨੇ ਸਮਾਂ ਹੰਢਾਇਆ ਹੋਊਗਾ। ਪਰਿਵਾਰ ਤੁਹਾਡਾ ਕੌਣ ਕੌਣ? ਤੁਹਾਡੇ ਪਰਿਵਾਰ 'ਚ ਮੇਰੀ ਘਰ ਦੀ ਹੈ, 3 ਬੱਚੇ ਨੇ, ਬੁੱਢੀਆਂ ਨੇ 2। ਤੁਸੀਂ ਕੀ ਕਰਦੇ ਸੀ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ, ਸੇਵਾ ਕਰਦੇ ਸੀ? ਹਾਂਜੀ, ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰ ਸੀ ਜੀ, ਮੈਂ ਸੇਵਾ ਕਰਦਾ ਹੁੰਦਾ ਸੀ। ਅੱਛਾ ਜੀ, ਸੇਵਾ ਕਰਦਾ ਸੀ ਵਾਹਿਗੁਰੂ ਜੋੜੇ ਘਰ ਦੇ ਵਿੱਚ, ਤੇ 4 ਪੀੜ੍ਹੀਆਂ ਤੋਂ ਉੱਥੇ ਸੀ, ਮੇਰਾ ਜਨਮ ਵੀ ਉੱਥੋਂ ਦਾ। ਜਨਮ ਵੀ ਤੁਹਾਡਾ ਅਫਗਾਨਿਸਤਾਨ? ਉਸ ਤੋਂ ਬਾਅਦ ਤੁਹਾਨੂੰ ਕਿਸੇ ਸਰਕਾਰੀ ਸਿਸਟਮ ਨੇ ਸੰਭਾਲਿਆ ਨਹੀਂ ਕਿ ਤੁਸੀਂ ਉੱਥੋਂ ਆ ਗਏ ਹੋ? ਨਹੀਂ ਜੀ, ਬਸ ਇੱਥੇ ਇੱਦਾਂ ਹੀ ਆਏ ਹੋਏ, ਬਸ ਉਜੜੇ ਹਾਂ, ਲੁਧਿਆਣੇ ਦੇ ਸ਼ਹਿਰ 'ਚ ਰਹਿ ਰਹੇ ਹਾਂ। ਹੁਣ ਕਈ ਵਾਰੀ ਖਬਰ ਵੀ ਆਈ ਹੈ ਕਿ ਅਫਗਾਨਿਸਤਾਨ ਅਫਗਾਨੀਆਂ ਨੂੰ ਕੈਨੇਡਾ ਭੇਜ ਰਹੇ ਨੇ, ਮੈਂ ਸਾਨੂੰ ਕਿਹਨੇ ਨਹੀਂ ਭੇਜਿਆ? ਕੈਨੇਡਾ ਜਾਣਾ ਕਿਉਂ? ਇੱਥੇ ਭਾਰਤ ਰਹੋ, ਭਾਰਤ ਤਾਂ ਹੀ ਰਹੀਏ, ਸਾਨੂੰ ਕੋਈ ਕਾਰੋਬਾਰ ਜਾਂ ਕੋਈ ਘਰ ਜਾਂ ਬਾਹਰ ਜਾਂ। ਤੁਹਾਡੇ ਨਾਲ ਹੋਰ ਕਿੰਨੇ ਉੱਥੋਂ ਪਰਿਵਾਰ ਵਿਛੜ ਕੇ ਆਏ ਨੇ? ਇੱਥੇ ਜੀ ਘੱਟ ਤੋਂ ਘੱਟ 20-25 ਪਰਿਵਾਰ ਲੁਧਿਆਣੇ ਸ਼ਹਿਰ ਦੇ ਵਿੱਚ ਰਹਿ ਰਹੇ ਨੇ। ਹੁਣ ਬਾਈ ਇਹ ਵੀ ਤਾਂ ਗੁਰੂ ਦੇ ਬੱਚੇ ਹੀ ਨੇ। ਬਿਲਕੁਲ ਬਾਈ, ਹੁਣ ਅੱਗੇ ਆਪਾਂ ਅੱਜ ਆਪਾਂ ਨੂੰ ਬਹੁਤ ਵੀਰ ਪੁੱਛਦੇ ਹੁੰਦੇ ਆ ਵੀ ਆ ਲੋਕੇਸ਼ਨ ਦੀ, ਹੁਣ ਐਗਜ਼ਾਮਪਲ ਆ ਪ੍ਰਤੱਖ ਜੀ,
ਹੁਣ ਆਪਾਂ ਅਕਸਰ ਕਹਿੰਦੇ ਬਾਈ ਜੀ ਉੱਥੇ ਹਮਲਾ ਹੋਇਆ ਜਾਂ ਸਿਕਲੀਗਰ ਸਿੱਖਾਂ ਦੀ, ਤੁਸੀਂ ਅਕਸਰ ਗੱਲ ਸੁਣੀ ਹੋਣੀ ਹੈ ਵੀ ਬਾਂਹ ਫੜਨੀ ਚਾਹੀਦੀ ਹੈ, ਬਿਲਕੁਲ ਫੜਨੀ ਚਾਹੀਦੀ ਹੈ। ਉਹਨਾਂ ਲੋਕੇਸ਼ਨ ਤੇ ਦੇਖੋ, ਆ ਜਾਗ ਦੀ ਪ੍ਰਤੱਖ ਮਿਸਾਲ ਆ ਵੀ ਬਾਈ ਜੀ ਆਏ ਵੀ ਉਹ ਦਿਨਾਂ ਚਾ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਉਹਨਾਂ ਨੇ ਤਾਂ ਉਹ ਸਮਾਂ ਥੋੜਾ ਜਿਹਾ ਹੰਢਾਇਆ ਵਾ ਤੇ ਬਹੁਤ ਜਾਨਾਂ ਆਪਣੀਆਂ ਗਈਆਂ ਵੀ ਆ ਉਦੋਂ। ਅੱਜ ਵੀ ਉੱਥੇ ਬੜੀ ਰਾਜਨੀਤੀ ਹੋ ਰਹੀ ਆ ਬਈ, ਗੁਰੂ ਘਰਾਂ ਦੇ ਵਿੱਚ ਕਈ ਗੁਰੂ ਘਰਾਂ ਤੇ ਇਸ ਤਰ੍ਹਾਂ ਹਮਲੇ ਕੀਤੇ ਆ, ਬਹੁਤ ਸਾਡੇ ਪਰਿਵਾਰ ਸ਼ਹੀਦ ਹੋ ਗਏ ਅਤੇ ਬਹੁਤ ਇੱਥੇ ਜੀ ਪ੍ਰਵਾਨ ਹੋਇਆ ਜਲਾਲਾਬਾਦ ਵਿੱਚ ਹੋਇਆ ਜਿੱਥੇ ਸਾਰੇ ਬਲੋਚਿਸਤਾਨ ਦੇ ਲੋਕ ਸੀ। ਕਹਿੰਦੇ ਮੁੰਗਾ ਸੌ ਕੁ ਦਿੱਤਾ ਸੋ ਅਖ ਪੁਲਵਾਨ ਉਹਨਾਂ ਛਿੰਨਾ ਡਰੀ ਗੁ ਤੇ ਮੁੰਗਾ ਨਾ ਡਰੀ ਗੁ ਦਿੱਤਾ ਸੋ ਖਲਕ ਨੇ ਮੁੰਗਾ ਨਾ ਡਰੀ ਗੁ। ਕਹਿੰਦੇ ਤੁਹਾਡੇ ਲੋਕਾਂ ਕੋਲ ਅਸੀਂ ਨਹੀਂ ਡਰਦੇ। ਅੱਜ ਵੀ ਦੇਖੋ ਚੀਜ਼ਾਂ ਪ੍ਰਤੱਖ ਵਾਪਰ ਹੀ ਰਹੀਆਂ ਜੀ। ਅੱਜ ਦੀ ਐਗਜ਼ਾਮਪਲ ਆ ਜੀ, ਹੁਣ ਕਿੰਨੀ ਸ਼ਰਮ ਵਾਲੀ ਗੱਲ ਹੈ ਅੱਜ ਵੀ ਦੁਨੀਆ 'ਚ। 2 ਮਹੀਨੇ ਹੋ ਗਏ ਜੀ, ਪਰਿਵਾਰ ਬਿਲਕੁਲ ਪਰੇਸ਼ਾਨ। ਕੋਈ ਨੀ, ਅਸੀਂ ਤੁਹਾਡੀ ਮਦਦ ਕਰਾਂਗੇ। ਤੁਸੀਂ ਕਿਸੇ ਡਾਕਟਰ ਨੂੰ ਚੈੱਕ ਕਰਾਇਆ ਕਿੰਨੇ ਪੈਸੇ ਮੰਗੇ ਉਹਨਾਂ ਨੇ ਜੀ? ਮੈਂ ਤਾਂ ਕਿਸ ਕੋਲ ਕਿੰਨੇ ਪੈਸੇ ਮੰਗੇ ਵੀਰੇ ਡਾਕਟਰ ਨੇ, ਕੀ ਗੱਲ ਭੇਜਿਆ? ਅੱਛਾ, ਕਦੋਂ ਤੋਂ ਟੁੱਟੀ ਵੀ ਇਹਨਾਂ ਦੀ ਬਾਂਹ? ਮੇਰੇ ਮਾਲਕ ਮਕਾਨ ਨੂੰ ਪਤਾ, ਇਹਨਾਂ ਨੂੰ ਪਤਾ ਮੁੰਡੇ ਨੂੰ। ਹਾਲਾਤ ਦੇਖ ਲੋ ਸਾਡੇ ਸਿਸਟਮ ਦੇ, ਬੜਾ ਸੌਖਾ ਹੈ ਘਰਾਂ ਚ ਬਹਿ ਕੇ ਰਜਾਈਆਂ ਚ ਕਮੈਂਟਰੀ ਦੇਣੀ ਤੇ ਇੱਥੇ ਆ ਕੇ ਮੌਕੇ ਤੇ ਇੱਕ ਇੱਕ ਦੁੱਖ ਨੂੰ ਸੁਣਨਾ ਤੇ ਇਹਨਾਂ ਦਾ ਹੱਲ ਕਰਨਾ ਇੰਨਾ ਕੁ ਮੁਸ਼ਕਲ ਹੈ। ਔਰ ਸਾਡੇ ਕੋਲ ਤੁਹਾਨੂੰ ਕੀ ਹੋਇਆ ਜੀ, ਇਹ ਕੀ ਕੇਸ ਹੈ ਬਾਈ? ਡਾਕਟਰ ਨੇ ਅੱਖ ਕੱਟਤੀ, ਹੁਣ ਕੀ ਮਦਦ ਚਾਹੀਦੀ ਇਹਨਾਂ ਨੂੰ? ਪੱਟੀ ਪੁੱਟੀ ਜੋ ਵੀ ਪਟਿਆਲੇ ਬੁਲਾਇਆ, ਹੁਣ ਪੱਥਰ ਵਾਲੀ ਅੱਖ ਪੈਣੀ ਆ, ਉਹਦੇ ਵਾਸਤੇ ਮਦਦ ਲਈ ਇੱਥੇ ਜਿਹੜੇ ਭੈਣ ਜੀ ਬੈਠੇ ਸੀ, ਬੁਲਾਇਓ ਉਹਨਾਂ ਨੂੰ, ਬੁਲਾਇਓ ਇਹਨਾਂ ਨੂੰ। ਤੁਹਾਡਾ ਕੀ ਬਾਈ ਜੀ, ਤੁਸੀਂ ਕੌਣ ਹੋ? ਇਹਨਾਂ ਦਾ ਕੀ ਹੈ ਜੀ? ਦੂਜੀ ਵਾਰੀ ਚੂਲਾ ਪਿਆ ਇਹਨਾਂ ਦਾ, ਆਯੁਸ਼ਮਾਨ ਕਾਰਡ ਤੇ। ਅੱਛਾ, ਆਯੁਸ਼ਮਾਨ ਕਾਰਡ ਤੇ ਫ੍ਰੀ ਚੂਲਾ ਪਿਆ ਇਹਨਾਂ ਦਾ। ਅੱਛਾ, ਤੁਸੀਂ ਇਹਨਾਂ ਦੇ, ਇਹ ਤੁਹਾਡੇ ਫਾਦਰ ਨੇ? ਪੰਜ ਹੈ ਇਹ। ਮੈਂ ਮਾਤਾ ਜੀ ਬਾਰੇ ਖਾਸ ਬਾਈ ਗੱਲਬਾਤ ਕਰਨਾ ਚਾਹੁੰਦਾ ਜੀ ਸੰਗਤ ਨਾਲ। ਇਹ ਮਾਤਾ ਜੀ ਸਾਡੇ ਕੋਲ ਪਿਛਲੇ ਤਕਰੀਬਨ ਕਿੰਨੇ ਮਹੀਨਿਆਂ ਤੋਂ ਤੁਸੀਂ ਆ ਰਹੇ ਸੀ? 2-3 ਮਹੀਨਿਆਂ ਤੋਂ ਇਹ ਮਾਤਾ ਜੀ ਆਪਣੀ ਬੇਟੀ ਦੀ ਮਦਦ ਲਈ ਸਾਡੇ ਕੋਲ ਆ ਰਹੇ। ਸੁਣਨ ਵਾਲੀ ਗੱਲ ਹੈ, ਸੁਣਿਓ। 2-3 ਮਹੀਨੇ ਇਹ ਮਾਤਾ ਜੀ ਸਾਡੇ ਕੋਲ ਆਉਂਦੇ ਰਹੇ। ਸਾਡੀ ਕੋਸ਼ਿਸ਼ ਹੁੰਦੀ ਟੀਮ ਦੀ ਬਾਈ ਕਿ ਨਾ ਕਿਸੇ ਮਰੀਜ਼ ਨੂੰ ਜਿਸ ਹੱਦ ਤੱਕ ਬਚਾ ਸਕੀਏ, ਜੇ ਕਿਸੇ ਦੀ ਲੱਤ ਕੱਟਣੀ ਆ ਤਾਂ ਪਹਿਲਾਂ ਕੋਸ਼ਿਸ਼ ਕਰੀਦੇ ਕਿ ਵਧੀਆ ਤੋਂ ਵਧੀਆ ਡਾਕਟਰ ਨੂੰ ਦਿਖਾ ਕੇ ਉਹਦੀ ਲੱਤ ਬਚਾ ਸਕੀਏ ਜੀ। ਪਰ ਜੇ ਸਾਰੇ ਡਾਕਟਰਾਂ ਨੇ 4-5 ਡਾਕਟਰਾਂ ਦੇ ਓਪੀਨੀਅਨ ਲੈਣ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਲੱਤ ਕੱਟਣੀ ਹੀ ਪੈਣੀ, ਫਿਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਜੀ। ਪਿਛਲੀ ਵਾਰੀ ਕੀ ਹੋਇਆ, ਅਸੀਂ ਇਹ ਮਾਤਾ ਜੀ ਨੂੰ 2-3 ਡਾਕਟਰਾਂ ਕੋਲ ਭੇਜਿਆ ਜੀ ਤੇ ਉਹ ਕਹਿੰਦੇ ਜੀ ਫਾਈਨਲੀ ਲੱਤ ਕੱਟਣੀ ਪੈਣੀ। ਵੱਡੇ ਵੱਡੇ ਡਾਕਟਰਾਂ ਨੇ ਕਹਿਤਾ ਸੀ ਮਾਤਾ ਜੀ ਨੂੰ, ਫਿਰ ਵੀ ਕਿਹਾ ਕਿ ਮਾਤਾ ਜੀ ਲੁਧਿਆਣੇ ਵਾਲੇ ਡਾਕਟਰ ਨੇ ਕਹਿ ਤਾਂ ਲੱਤ ਕੱਟਣੀ ਪੈਣੀ, ਤੁਸੀਂ ਇੱਕ ਵਾਰ ਫਿਰ ਵੀ PGI ਚੰਡੀਗੜ੍ਹ ਜਾਇਓ, ਜੇ ਉਹਨਾਂ ਨੇ ਕਿਹਾ ਤਾਂ ਕੱਟਣੀ ਪੈਣੀ, ਫਿਰ ਕੋਈ ਹੱਲ ਨੀ। ਤੁਸੀਂ ਫਿਰ PGI ਗਏ ਸੀ? ਨਹੀਂ ਵੀਰੇ, ਉੱਥੇ ਨਹੀਂ ਗਏ ਸੀ। ਅੱਛਾ ਜੀ, ਫਿਰ ਕੀ ਹੋਇਆ? ਅਸੀਂ ਹੋਰ ਸਲਾਹ ਲਈ ਸੀ, ਇਹਨਾਂ ਨੇ ਇੱਕ ਦੇਸੀ ਡਾਕਟਰ ਕੋਲ ਫਸ ਗਏ। ਅੱਛਾ ਜੀ, ਕਿਉਂਕਿ ਜਿਹੜਾ ਦੇਸੀ ਡਾਕਟਰ ਹੁੰਦਾ ਨਾ ਸਾਰੇ ਮਾੜੇ ਨਹੀਂ ਹੁੰਦੇ, ਪਰ ਗੱਲ ਇਹ ਹੈ ਕਿ ਹੱਥਾਂ ਦੀਆਂ 5 ਉਂਗਲੀਆਂ ਬਰਾਬਰ ਨਹੀਂ। ਇਹ ਮਾਤਾ ਜੀ ਨੂੰ ਕਿਸੇ ਨੇ ਬ੍ਰੇਨ ਵਾਸ਼ ਕਰਤਾ ਕਿ 1000 ਰੁਪਏ ਦੀ ਮੈਂ ਪੱਟੀ ਕਰੂੰਗਾ ਰੋਜ਼ ਤੇ ਮੈਂ ਤੁਹਾਡੀ ਕੁੜੀ ਦੀ ਲੱਤ ਬਚਾ ਦੂੰਗਾ। ਤੇ ਮੈਂ ਮਾਤਾ ਜੀ ਨੂੰ ਕਹਿਤਾ ਸੀਗਾ, ਮਾਤਾ ਜੀ ਜਿਹੜੇ ਗਲੀਆਂ ਵਾਲੇ ਡਾਕਟਰ ਨੇ ਤੁਹਾਨੂੰ ਬੇਵਕੂਫ ਬਣਾਉਂਦੇ ਨੇ। ਬਿਲਕੁਲ, ਇਹ ਮਾਤਾ ਜੀ ਸਾਨੂੰ ਇੱਥੇ ਪੂਰਾ ਜਲੀਲ ਕਰਕੇ ਗਏ। ਮਾਤਾ ਜੀ ਨੇ 1300 ਰੁਪਇਆ ਮੰਗਿਆ ਇੱਥੋਂ ਸਾਡੇ ਕੋਲ ਕਿ ਮੈਨੂੰ 1300 ਰੁਪਇਆ ਦਿਓ, ਮੈਂ ਇੱਥੇ 7 ਵਜੇ ਦੀ ਆ ਕੇ ਬੈਠੀ ਹਾਂ, 9 ਵੱਜ ਗਏ। ਚੰਗਾ ਬੁਰਾ ਬੋਲਿਆ ਇੱਥੇ ਸਾਨੂੰ ਵੀ ਤੁਸੀਂ ਇੱਥੇ ਡਰਾਮੇ ਕਰਦੇ ਹੋ, ਮੈਂ ਇੰਨੀ ਦੇਰ ਦੀ ਆ ਕੇ ਬੈਠੀ ਹਾਂ, ਮੇਰੀ ਕੋਈ ਮਦਦ ਨਹੀਂ ਕੀਤੀ। ਉਦੋਂ ਅਸੀਂ ਇੱਕ ਬੋਲ ਮਾਤਾ ਜੀ ਨੂੰ ਬੋਲੇ ਸੀ ਕਿ ਮਾਤਾ ਜੀ ਤੁਸੀਂ ਸਾਨੂੰ ਲੱਖ ਮਾੜਾ ਬੋਲੋ, ਪਰ ਆਪਣੀ ਕੁੜੀ ਦਾ ਇਲਾਜ ਨਾ ਉੱਥੇ ਦੇਸੀ ਡਾਕਟਰ ਕੋਲ ਨਾ ਕਰਾਓ, ਤੁਹਾਡੀ ਲੱਤ ਹੋਰ ਖਰਾਬ ਹੋ ਜਾਣੀ। ਹਾਂਜੀ, ਤੇ ਉਦੋਂ ਸਾਡੇ ਟੀਮ ਮੈਂਬਰ ਪਯੂ ਵੀਰੇ ਦੇ ਬੋਲ ਸੀ ਕਿ ਇਹ ਮਾਤਾ ਜੀ 15 ਦਿਨ ਬਾਅਦ ਫਿਰ ਇੱਥੇ ਆਣਗੇ। ਸਾਡੇ 15 ਦਿਨ ਹੋ ਗਏ ਜੀ, ਹੁਣ ਫਿਰ ਲੱਤ ਕੱਟਣੀ ਪੈਣੀ। ਵਾਹਿਗੁਰੂ। ਕੀ ਇਹ ਜੋ ਮੈਂ ਬੋਲਿਆ ਸੱਚ?
ਕੀ ਚੀਜ਼ ਸਿੱਖੀ ਤੁਸੀਂ ਫਿਰ ਇਸ ਚੀਜ਼ ਤੋਂ ਕਿ ਤੁਹਾਡੇ ਵਾਂਗੂ ਹੋਰ ਵੀ ਲੋਕ ਜਿਹੜੇ ਇੱਥੇ ਆਉਂਦੇ ਨੇ ਸਾਡੀਆਂ ਗੱਲਾਂ ਨਹੀਂ ਮੰਨਦੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਗੱਲਾਂ ਮੰਨਣ ਤੁਹਾਨੂੰ ਜਿਹੜੇ ਡਾਕਟਰ ਵਾਅਦਾ ਕਰਦਾ ਸੀ ਵੱਡਾ ਵੱਡਾ ਕਿ ਮੈਂ ਲੱਤ ਬਚਾ ਦੂੰਗਾ, ਕਿੰਨੇ ਪੈਸੇ ਦੇਤੇ ਉਹਨੂੰ? ਸੱਚ ਦੱਸਣਾ ਗੁਰੂ ਸਾਹਿਬ ਨੂੰ ਹਾਜ਼ਰ ਕਰਕੇ ਕਿੰਨੇ ਪੈਸੇ ਦੇਤੇ ਉਹਨੂੰ? 15-20 ਹਜ਼ਾਰ ਰੁਪਏ ਇਹਨਾਂ ਨੇ ਦੇਸੀ ਡਾਕਟਰ ਕੋਲ ਖਰਾਬ ਕਰ ਲਿਆ ਤੇ ਉਹ 15-20 ਹਜ਼ਾਰ ਕਿੱਥੋਂ ਆਇਆ ਸੀ? ਕਰਜ਼ਾ ਚੱਕ ਕੇ 15,000 ਆਇਆ, ਹੁਣ ਲੱਤ ਨਹੀਂ, ਉਹ ਵੀ ਕਹਿੰਦਾ ਨਹੀਂ ਬਚਣੀ? ਉਹ ਕਹਿੰਦੇ ਲੱਤ ਕੱਟਣੀ ਪੈਣੀ, ਪੈਰ ਕੱਟਣਾ ਪੈਣਾ। ਇੱਥੋਂ ਇਹ ਸਿੱਖਣਾ ਆਪਾਂ ਕਿਡਨੀ ਇਨਫੈਕਸ਼ਨ ਵੀ ਹੋ ਗਈ ਉਹ ਦੇਸੀ ਦਵਾਈ ਖਾ ਕੇ। ਪਹਿਲਾਂ ਕਿਡਨੀ ਇਨਫੈਕਸ਼ਨ ਨਹੀਂ ਸੀ ਮਾਤਾ ਜੀ ਦੀ ਬੇਟੀ ਨੂੰ, ਹੁਣ ਉਹ ਵੀ ਹੋ ਗਈ। ਇਹ ਵੀਡੀਓ ਬਣਾਉਣ ਦਾ ਇਹ ਮਕਸਦ ਹੈ, ਕੋਈ ਇਹ ਨਹੀਂ ਹੈ ਕਿ ਮੈਂ ਇਹ ਦਿਖਾ, ਇਸ ਲਈ ਦਿਖਾ ਰਿਹਾ ਕਿ ਅਸੀਂ ਗੁਰਸਾਹਿਬ ਨੂੰ ਹਾਜ਼ਰ ਨਾਜ਼ਰ ਹੋ ਕੇ ਗੱਲ ਕਹਿੰਦੇ ਕਿ ਰੱਬਾ ਅਸੀਂ ਮਰੀਜ਼ਾਂ ਨੂੰ ਉਹਨਾਂ ਹਸਪਤਾਲਾਂ 'ਚ ਇਲਾਜ ਕਰਾਉਣ ਲਈ ਭੇਜਦੇ ਹਾਂ ਜਿੱਥੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਇਲਾਜ ਕਰਾਉਣ ਦਾ ਦਮ ਰੱਖਦੇ ਹਾਂ। ਬਿਲਕੁਲ, ਅਸੀਂ ਉਹ ਲੰਗਰ ਸਿਖਾਉਂਦੇ ਹਾਂ, ਚਲੋ ਗੁਰਸਾਹਿਬ ਸਿਖਾਉਂਦੇ ਨੇ, ਜਿਹੜਾ ਅਸੀਂ ਆਪ ਖਾਣ ਦਾ ਵੀ ਦਮ ਰੱਖਦੇ ਹਾਂ, ਜਿਹੜਾ ਇਲਾਜ ਅਸੀਂ ਆਪ ਕਰਾਉਣ ਦਾ ਵੀ ਦਮ ਰੱਖਦੇ ਹਾਂ, ਕਿਸੇ ਨੂੰ ਗਲਤ ਇਲਾਜ ਅਸੀਂ ਨਹੀਂ ਕਰਾਉਂਦੇ। ਮੈਂ ਬੇਨਤੀ ਕਰਨਾ ਚਾਹੁੰਦਾ, ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਖਾਸ ਕਰ ਕਿਸੇ, ਵੈਸੇ ਤਾਂ ਚਲੋ ਬਾਈ ਨੇ ਦੱਸਿਆ ਕਿ 365 ਦਿਨ ਹੀ ਜਿਹੜੇ ਸ਼ਹੀਦੀ ਦਿਹਾੜੇ, ਸਮਝ ਕੇ ਸਾਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅੱਜ ਮੈਂ ਰਸਤੇ 'ਚ ਜਾਂਦਾ ਨਾ, ਬਾਈ ਭਾਈ ਪਿੰਦਰਪਾਲ ਜੀ ਦੇ ਉਹ ਸੁਣੀ ਜਾਂਦਾ ਸੀ 1.5 ਘੰਟੇ ਦਾ ਪੋਡਕਾਸਟ ਜੀ, ਉਹਨਾਂ ਨੇ ਸੇਵਾ ਨੂੰ ਕਿੰਨਾ ਮਤਲਬ ਖੋਲ੍ਹ ਕੇ ਸਮਝਾਇਆ ਨਾ। ਬਿਲਕੁਲ ਜੀ ਬਿਲਕੁਲ, ਉਹਨਾਂ ਦਾ ਤਰੀਕਾ ਹੀ ਵਾਹਿਗੁਰੂ ਦੀ ਅਪਾਰ ਕਿਰਪਾ ਜੀ, ਮਤਲਬ ਐਂ ਉਹਨਾਂ ਨੂੰ ਸਮਝ ਸੁਣ ਕੇ ਲੱਗ ਰਿਹਾ ਸੀਗਾ ਕਿ ਜਿਵੇਂ ਸੁਣੀ ਦੁਨੀਆਂ 'ਚ ਸੇਵਾ ਤੋਂ ਇਲਾਵਾ ਕੋਈ ਹੋਰ ਗੱਲ ਹੀ। ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਇੱਕ ਬੰਦੇ 'ਚ 100 ਕਮੀਆਂ ਨਾ ਇੱਕ ਖੂਬੀ ਹੈ, ਸਿਰਫ ਇੱਕ ਖੂਬੀ ਫੜ ਲਓ। ਬਿਲਕੁਲ ਜੀ, ਕਮੀਆਂ ਛੱਡ ਦੋ। ਬਿਲਕੁਲ ਜੀ, ਤੇ ਇੱਥੇ ਇੰਨੇ ਮਰੀਜ਼ ਬਾਈ ਆਉਂਦੇ ਨੇ, ਤੁਹਾਡਾ ਕੀ ਹੈ ਜੀ? ਤੁਹਾਡਾ ਆਪਕਾ ਕੌਣ ਹੈ ਮਰੀਜ਼? ਇਹਨਾਂ ਦਾ ਕੀ ਹੈ? MRI ਹੋਣੀ ਹੈ ਪੈਲਵਿਸ ਦੇ ਨਾਲ, ਪ੍ਰੋਬਲਮ ਆਉਂਦੀ ਹੈ। MRI ਹੋਣੀ ਹੈ, ਤੁਹਾਡਾ ਕੀ ਹੈ ਜੀ? ਭਾਜੀ ਜੋਨ ਮਰੀਜ਼ ਹੈ, ਇਲਾਜ ਚੱਲ ਰਿਹਾ ਤੁਹਾਡੇ ਬੱਚੇ ਦਾ? ਕੌਣ ਹੈ ਮਰੀਜ਼ ਤੁਹਾਡਾ? ਤੁਹਾਡਾ ਦੇਵ, ਠੀਕ ਹੋ ਰਿਹਾ ਇਲਾਜ? ਕੋਈ ਦਿੱਕਤ ਤਾਂ ਨਹੀਂ ਆਈ? ਠੀਕ ਹੈ ਜੀ। ਇਹਨਾਂ ਦਾ ਕੀ ਹੈ ਜੀ? ਤੁਹਾਡਾ ਕੀ? ਚਾਹ ਗਿਰ ਗਈ ਸੀਗੀ। ਅੱਛਾ, ਬੱਚੀ ਤੇ ਚਾਹ ਗਿਰ ਗਈ, ਲੱਤ ਜਲ ਗਈ, ਇਲਾਜ ਹੋ ਗਿਆ? ਨਹੀਂ ਹੁਣ ਆਪਾਂ ਸ਼ੁਰੂ। ਅੱਛਾ, ਅੱਜ ਪਹਿਲੀ ਵਾਰੀ ਆਏ ਨੇ। ਅੱਛਾ ਜੀ, ਤੁਸੀਂ ਇਲਾਜ ਕਿਉਂ ਨਹੀਂ ਕਰਾ ਰਹੇ ਇਹਦਾ? ਦੇਖੋ ਪੈਸੇ ਨਹੀਂ ਹੈ ਬਾਈ ਇਲਾਜ ਕਰਾਉਣ ਜੋਗੇ, ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਅਸੀਂ ਪ੍ਰਣਾਮ ਕਰ ਰਹੇ ਆਪਣੇ ਸ਼ਹੀਦਾਂ ਨੂੰ, ਤੇ ਸ਼ਹੀਦਾਂ ਨੇ ਜਿੰਨਾ ਕਰਕੇ ਕੁਰਬਾਨੀਆਂ ਦਿੱਤੀਆਂ ਸਾਡੇ ਲੋਕਾਂ ਲਈ, ਉਹ ਵਿਚਾਰੇ ਬਿਨਾਂ ਇਲਾਜ ਤੋਂ ਮਰ ਰਹੇ ਨੇ। ਬਿਲਕੁਲ, ਅਸਲ 'ਚ ਤਾਂ ਇਹੀ ਲੋੜ ਆ, ਸਹੀ ਮਨਾਉਣਾ ਦਾ ਫੇਰ ਹੀ ਫਾਇਦਾ। ਛੋਟੇ ਛੋਟੇ ਸਾਹਿਬਜ਼ਾਦੇ ਆਪਾਂ ਸਾਂਭ ਲਈਏ ਜਿਹੜੇ ਅੱਜ ਤੱਕ ਹੈ ਆਪਣੇ ਕੋਲ ਜੀ। ਬਿਲਕੁਲ, ਇਹਨਾਂ ਨੂੰ ਸਾਂਭਣ ਦੀ ਲੋੜ ਹੈ ਜੀ। ਇਹਨਾਂ ਦੇ ਕੀ ਬੇਟੀ ਨੂੰ ਸਕੂਲ ਪੜਾਉਂਦੇ ਤੁਸੀਂ ਬਾਈ ਜੀ? ਕਹਿੰਦਾ ਭਾਜੀ ਆਇਆ ਵੀ ਇਹਦੀਆਂ ਸਿਰ ਦੀਆਂ ਨਸਾਂ ਬਲੌਕ ਸੀਗੀਆਂ, ਇਹ ਤਾਂ ਬੋਲਦਾ ਨੀ ਨਾ, ਮੈਂਬਰੀ ਕੰਮ ਕਰਦੀ ਹੈ ਵੀ ਇਹਨੂੰ, ਤੇ ਬੇਟੀ ਆਇਆ ਜੀ ਵੀ ਇਹਨੂੰ ਦੇਖ ਕੇ ਜਾਂਦੀ ਨੀ ਨਾਲ, ਵੀ ਇਕੱਠੇ ਜੋੜੇ ਨੇ ਜੀ, ਇਹਦੇ ਕਰਕੇ ਵੀ ਮੈਂ ਤਾਂ ਬਿਲਕੁਲ ਪਹਿਲਾਂ ਜੀ ਟੁੱਟਿਆ ਫਿਰਦਾ ਪੈਸੇ ਲਾ ਕੇ ਜੀ। ਬਈ ਇਸ ਟਾਈਮ ਇਸ ਬੰਦੇ ਦੀ ਕੀ ਹਾਲਾਤ ਹੈ ਸਮਝ ਸਕਦੇ ਹੋ? ਬਹੁਤ ਔਖਾ ਜੀ, ਐਂਡ ਲੈਵਲ ਚੱਲ ਰਿਹਾ ਹੈ, ਐਂਡ ਲੈਵਲ ਹੈ ਜੀ, ਹੰਡਾ ਪਿਆ ਨਾ, ਬਹੁਤ ਔਖਾ ਇਹ ਸਮਾਂ ਹੰਡਾ। ਬਈ ਮੈਂ ਤਾਂ ਰੋਜ਼ ਹੀ ਬੋਲਦਾ, ਤੁਸੀਂ ਇਸ ਜਗ੍ਹਾ ਨੂੰ ਤੁਹਾਨੂੰ 6 ਮਹੀਨੇ ਹੋ ਗਏ ਆਂਦੇ ਜੀ, ਹਨਾ? ਮੈਂ ਤਾਂ ਚਲੋ ਰੋਜ਼ ਹੀ ਮੈਂ ਬੋਲ ਕੇ ਅੱਕ ਵੀ ਗਿਆ ਤੇ ਲੋਕਾਂ ਨੂੰ ਸਮਝਾ ਕੇ ਕਿ ਭਾਈ ਇੱਥੇ ਆਓ ਜੀ, ਆਓ ਦੇਖੋ ਆ ਕੇ ਇੱਕ ਵਾਰੀ ਬੈਠੋ ਕਿਵੇਂ ਸਾਰਾ ਕੁਝ ਹੋ ਰਿਹਾ। ਤੁਸੀਂ ਆਪਣਾ ਤਜਰਬਾ ਬਾਈ ਦੱਸੋ ਕਿ ਇੱਥੇ ਕੀ ਕਰੀਏ ਇਹਨਾਂ ਲੋਕਾਂ ਦਾ, ਇੰਨੀ ਇੰਨੀ ਉਮੀਦਾਂ ਲੈ ਕੇ ਲੋਕ ਇੱਥੇ ਆਉਂਦੇ ਨੇ ਰੋਜ਼, ਕਿਸੇ ਨੂੰ 1 ਲੱਖ ਦੀ ਲੋੜ ਹੈ, ਕਿਸੇ ਨੂੰ 2 ਲੱਖ ਦੀ ਲੋੜ ਹੈ, ਕੋਈ ਕਿੰਨੀ ਉਮੀਦਾਂ ਨਾਲ ਆਉਂਦਾ। ਬਿਲਕੁਲ, ਅਸੀਂ ਕੀ ਐਸਾ ਵੀਡੀਓ ਚ ਬੋਲੀਏ ਕਿ ਲੋਕਾਂ ਨੂੰ ਇੱਕ ਵਾਰ
ਵਾਰੀ ਇੱਥੇ ਆ ਕੇ ਦੇਖਣ, ਕੱਲਾ ਸੇਵਾ ਤਾਂ ਬਹੁਤ ਦੂਰ ਦੀ ਗੱਲ, ਬਿਲਕੁਲ ਆ ਕੇ ਦੇਖਣ। ਬਿਲਕੁਲ ਜੀ, ਮੈਂ ਤਾਂ ਅਕਸਰ ਬੇਨਤੀ ਕਰਦਾ ਜੀ ਸਾਰੀ ਸੰਗਤ ਨੂੰ, ਅੱਜ ਵੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਆ ਜੀ। ਇੱਥੋਂ ਦਾ ਮੇਰਾ ਤਾਂ ਤਜਰਬਾ ਆਪਣਾ ਹੈਗਾ ਹੀ ਆ, ਨਾ ਤਾਂ ਆਪਾਂ ਝੂਠ ਬੋਲਦੇ ਹਾਂ, ਨਾ ਆਪਾਂ ਕਿਸੇ ਦੀ ਝੂਠੀ ਗੱਲ ਸੁਣਦੇ ਹਾਂ ਜੀ। ਜੋ ਪ੍ਰਤੱਖ ਹੁੰਦਾ ਹੈ, ਜੋ ਆਪਣੇ ਅੱਖੀਂ ਵੇਖਦੇ ਹਾਂ, ਕੰਨੀ ਸੁਣਦੇ ਹਾਂ, ਆਪਣੇ ਸਰੀਰ 'ਤੇ ਹੰਢਾਉਂਦੇ ਹਾਂ, ਫਿਰ ਤੁਹਾਡੇ ਸੰਗਤ ਅੱਗੇ ਰੱਖਦੇ ਹਾਂ। ਇੱਥੋਂ ਦੀ ਲੋਕੇਸ਼ਨ ਬਾਰੇ ਮੈਨੂੰ ਕੋਈ ਜ਼ਿਆਦਾ ਕਹਿਣ ਦੀ ਲੋੜ ਨਹੀਂ, ਪਤਾ ਪ੍ਰਤੱਖ ਸਾਰੀ ਦੁਨੀਆਂ ਨੂੰ ਹੀ ਆ ਵੀ ਇਹ ਸੰਸਥਾ ਪਹਿਲਾਂ ਵੀ ਡੋਂਟ ਅਕਸੈਪਟ ਮਨੀ ਔਰ ਥਿੰਗਸ, ਆਪਣੇ ਹਜੇ ਵੀ ਜਵਾਨਾਂ ਤੇ ਮੇਰੇ ਵੀ ਹਜੇ ਕਿਤੇ ਨਾ ਕਿਤੇ ਨਾਮ ਹੈਗਾ ਵਾ, ਇਹ ਸਾਰੀ ਦੁਨੀਆਂ ਜਾਣਦੀ ਹੈ ਵੀ ਇਹ ਸੰਸਥਾ ਕਿਸ ਤਰ੍ਹਾਂ ਕੰਮ ਕਰਦੀ ਹੈ ਜੀ। ਤੇ ਸੰਸਥਾ ਦੇ ਵਿੱਚ ਇੱਥੇ ਕੋਈ ਜਾਤ ਪਾਤ ਨਹੀਂ, ਉਹ ਤੁਸੀਂ ਜਿੰਨੇ ਵੀਰ ਨੇ ਤੁਹਾਡੇ ਸਾਹਮਣੇ ਰੱਖੇ ਨੇ ਸਾਰੇ ਸੰਗਤ ਆਏ ਆ, ਕੋਈ ਅਫਗਾਨ ਤੋਂ ਆਇਆ ਨੇ, ਆ ਕੋਈ ਬੱਚਾ ਇੱਥੇ ਜੀ, ਦੇਖੋ ਆਹ ਬੱਚੇ ਦੀ ਮੈਂਬਰ ਕੋਈ ਹੈ ਨੀ ਗੀ, ਇਹਨਾਂ ਦੇ ਬਾਪੂ ਜੀ ਬੈਠੇ ਆ, ਮੈਂ ਥੋੜਾ ਜਿਹਾ ਮਹਿਸੂਸ ਕਰ ਸਕਦਾ ਵਾ, ਬੜੇ ਭਿਆਨਕ ਹਾਲਾਤ ਨੇ। ਇਹ ਸਾਰੇ ਜੀ ਦੁੱਖ ਲੈ ਕੇ ਆਉਂਦੇ ਨੇ ਇੱਥੇ, ਤੇ ਮੈਂ ਤਾਂ ਇਹਨੂੰ ਤੀਰਥ ਕਹਿੰਦਾ ਹੁੰਦਾ ਵਾ, ਇਹ ਉਹ ਦਾਰਾ ਜਿੱਥੇ ਨਿਮਾਣਿਆਂ ਦੀ, ਨਿਤਾਣਿਆਂ ਦੀ, ਨਿਆਸਰਿਆਂ ਦੀ ਬਾਂਹ ਫੜੀ ਜਾਂਦੀ ਆ। ਸੋ ਸਾਡੀ ਬੇਨਤੀ ਆ ਜੀ, ਆਪ ਆ ਕੇ ਇੱਥੇ ਜ਼ਰੂਰ, ਆਪੇ ਲੁਧਿਆਣਾ ਹੀ ਆਪਣਾ ਬਹੁਤ ਵੱਡਾ ਸ਼ਹਿਰ ਆ, ਲੁਧਿਆਣੇ 'ਚ ਕੋਈ ਕਮੀ ਨਹੀਂ ਕਿਸੇ ਚੀਜ਼ ਦੀ। ਆਪਣੇ ਨਾ ਅੱਖਾਂ ਦੇ ਵਿੱਚ ਜ਼ਰੂਰ ਹੁੰਦਾ, ਆਪਣੀ ਅੱਖ ਜਿਹੜੀ ਦੇਖਣ ਵਾਲੀ, ਆਪਾਂ ਕਿਸੇ ਇਨਸਾਨ ਨੂੰ ਨਹੀਂ ਵੇਖਣਾ, ਭਾਵੇਂ ਮੈਂ ਆ ਭਾਵੇਂ ਬਾਈ ਜੀ ਤੁਸੀਂ ਹੋ, ਕੰਮਾਂ ਨੂੰ ਦੇਖਣਾ ਚਾਹੀਦਾ, ਸੰਸਥਾ ਦੇ ਕਾਰਜ ਨੂੰ ਦੇਖੋ, ਆਪ ਆ ਕੇ ਆਪਣੇ ਹੱਥੀਂ ਸੇਵਾ ਕਰਕੇ ਜਾਓ, ਕਿਸੇ ਨੂੰ ਤੁਸੀਂ ਫੜਾਉਣੀ ਨਹੀਂ। ਹੁਣ ਆ ਪੇਸ਼ੈਂਟ ਨੇ, ਭੈਣ ਨੇ, ਸਾਹਮਣੇ ਨੇ, ਤੁਹਾਨੂੰ ਸਿੱਧੀ ਸੇਵਾ ਸਿੱਧੀ ਪਰਿਵਾਰ ਤੱਕ ਪਹੁੰਚ ਜਾਣੀ ਹੈ ਜੀ। ਇਦੋਂ ਵਧੀਆ ਤਰੀਕਾ ਮੈਂ ਤਾਂ ਨਹੀਂ ਦੇਖਿਆ ਆਪਦੀ ਜ਼ਿੰਦਗੀ ਵਿੱਚ, ਜੇ ਤੁਹਾਡੇ ਕੋਲ ਕੋਈ ਇਦੋਂ ਵਧੀਆ ਰਹਿ ਹੈਗੀ ਆ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹੋ। ਸੋ ਇਹੀ ਬੇਨਤੀ ਹੈ ਜੀ, ਆਹ ਪਾਓ, ਲੋਕੇਸ਼ਨ ਦੇ ਲੋੜ ਬਹੁਤ ਆ। ਸ਼ਹੀਦੀ ਦਿਹਾੜੇ ਚੱਲ ਰਹੇ ਆ, ਆਪਾਂ ਮਨਾਉਣੇ ਆ, ਸਾਰੇ ਵਰਲਡ ਨੇ ਮਨਾਉਣੇ ਆ, ਪਰ ਸ਼ਹੀਦੀ ਦਿਹਾੜਿਆਂ ਨੂੰ ਮਨਾਈਏ ਆਪਾਂ ਇਸ ਤਰ੍ਹਾਂ, ਕਿਸੇ ਲੋੜਵੰਦ ਨਿਤਾਣੇ ਦੀ ਬਾਂਹ ਫੜੋ, ਕਿਸੇ ਦੇ ਬੱਚੇ ਦੀ ਪੜ੍ਹਾਈ ਦਾ ਖਰਚਾ ਕਰੀਏ, ਕਿਸੇ ਦੇ ਇਲਾਜ ਹੋਣ ਦੀ ਲੋੜ ਆ, ਕਿਉਂ ਕਰਕੇ ਇੱਥੇ ਤਾਂ ਪ੍ਰੋਪਰ ਇੱਕ ਸੈਟਅਪ ਬਣ ਚੁੱਕਿਆ ਵੀਰ ਹੋਣਾ ਦਾ। ਇਹਨਾਂ ਵੀਰਾਂ ਦਾ ਤਜਰਬਾ ਹੀ ਇੰਨਾ, ਆਪਾਂ ਕਿੰਨੇ ਕੁ ਦੁੱਖ ਸੁਣ ਸਕਦੇ ਇੱਕ ਦਿਨ ਵਿੱਚ, ਇੱਕ ਜਾਣੇ ਦੇ, ਦੋ ਜਾਣੇ ਦੇ, ਤਿੰਨ ਜਾਣੇ ਦੇ, ਤੇ ਇਹ ਤੁਸੀਂ ਜਿੰਨੀ ਟੀਮ ਆ, ਸਾਰੀ ਟੀਮ ਲਗਭਗ ਸਾਰਾ ਦਿਨ ਰਾਤ ਦੁੱਖ ਹੀ ਸੁਣਦੇ ਆ ਲੋਕਾਂ ਦੇ, ਤੇ ਫਿਰ ਉਹ ਦੁੱਖ ਸੁਣ ਕੇ ਪ੍ਰੋਪਰ ਉਹਨਾਂ ਦਾ ਇਲਾਜ ਵੀ ਕੀਤਾ ਜਾਂਦਾ। ਪਤਾ ਹੀ ਨਹੀਂ ਕਿੰਨੇ ਆ, ਗਿਣਤੀ ਤੋਂ ਬਾਹਰ ਆ ਜੀ, ਕਿੰਨੇ ਲੱਖਾਂ ਲੋਕਾਂ ਦਾ ਇਲਾਜ ਹੋ ਗਿਆ ਤੇ ਹਜੇ ਕਿੰਨੇ ਕਰੋੜਾਂ ਦਾ ਹੋਣਾ, ਉਹ ਵਾਹਿਗੁਰੂ ਜਾਣਦੇ ਆ। ਪਰ ਜ਼ਰੂਰ ਆਪਣਾ ਜਿੰਨਾ ਤੁਹਾਡਾ ਮਹਾਰਾਜ ਨੇ ਤੁਹਾਨੂੰ ਬਖਸ਼ੀ ਆ ਸਮਰੱਥਾ, ਆਪਣਾ ਯੋਗਦਾਨ ਆ ਕੇ ਕਰਕੇ ਜਾਇਆ ਕਰੋ, ਫਿਰ ਹੀ ਸ਼ਹੀਦੀ ਦਿਹਾੜੇ ਮਨਾਉਣ ਦਾ ਮਕਸਦ ਸਫਲ ਆ। ਨਹੀਂ ਤਾਂ ਆਪਾਂ ਮਾਫ਼ੀ ਚਾਹੁੰਦਾ, ਜਿੰਨੇ ਮਰਜ਼ੀ ਸ਼ਹੀਦੀ ਦਿਹਾੜੇ ਮਨਾ ਲਈਏ, ਜਿੰਨੇ ਮਰਜ਼ੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰ ਲਈਏ, ਜੇ ਆਪਾਂ ਗੁਰੂ ਦੇ ਸਿਧਾਂਤ ਤੇ ਨਹੀਂ ਚੱਲਣਾ, ਮਹਾਰਾਜ ਦਾ ਹੁਕਮ ਮੰਨਣਾ ਹੀ ਨਹੀਂ, ਤਾਂ ਫਿਰ ਕੋਈ ਫਾਇਦਾ ਨਹੀਂ, ਨਿਫਲ ਆ ਜੀ। ਸੋ ਇੰਨੀ ਹੈ ਕੀ ਬੇਨਤੀਆਂ ਬਾਈ। ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਬਾਈ, ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਅੱਜ ਕੱਲ ਵੀਡੀਓ ਦੇਖ ਕੇ ਕੁਛ ਨਹੀਂ ਪਤਾ ਲੱਗਦਾ ਕੀ ਸੱਚਾ ਕੀ ਝੂਠਾ ਜੀ। ਸੰਗਤ ਨੂੰ ਬੇਨਤੀ ਹੈ ਕਿ ਇਸੇ ਕਾਰਨਾਂ ਕਰਕੇ ਅੱਜ ਤੱਕ ਮੈਂ ਬਾਈ, ਅੱਜ ਨਾ ਇੱਕ 5-star ਹੋਟਲ ਦੇ ਵਿੱਚ ਅੱਜ ਇੱਕ ਅਵਾਰਡ ਫੰਕਸ਼ਨ ਸੀ, ਉੱਥੇ ਗਿਆ, ਉੱਥੇ ਆਇਆ ਹੁਣੀ ਜੀ, ਤੇ ਉੱਥੇ ਬੈਠਾ ਮੈਂ 5-star ਹੋਟਲ 'ਚ ਬਾਈ ਰੋਟੀ ਖਾਈ ਜਾਂਦਾ ਜੀ, ਤੇ ਲੰਚ ਸੀਗਾ ਉੱਥੇ, ਤੇ ਉੱਥੇ ਇੱਕ ਬੰਦਾ ਸਾਹਮਣੇ ਬੈਠਾ ਮੈਨੂੰ ਦੇਖ ਰਿਹਾ ਜੀ। ਬਾਈ ਉਹਨੇ ਆਪਣੀ ਚੈੱਕ ਬੁੱਕ ਕੱਢੀ ਜੇਬ 'ਚੋਂ, ਕਿੰਨਾ ਕੀ ਅਮੀਰ ਹੋਣਾ ਕਿ ਚੈੱਕ ਬੁੱਕ ਹੀ ਨਾਲ ਰੱਖੀ ਹੋਈ ਸੀ, ਚੈੱਕ ਬੁੱਕ ਰੱਖੀ, ਚੈੱਕ ਕੱਟਿਆ, ਮੈਨੂੰ ਮਿਲਣ ਆ ਗਿਆ, ਕਹਿੰਦਾ ਬਾਈ ਜੀ ਮੇਰੇ ਵੱਲੋਂ ਸੇਵਾ ਜੀ। ਮੈਂ ਸੱਚੀ ਹੋਈ, ਮਤਲਬ ਮੈਂ ਗੱਲ ਬੜੀ ਵਾਰੀ ਐਕਸਪੀਰੀਅੰਸ ਕੀਤੀ ਹੈ ਕਿ ਸ਼ੁਰੂ ਤੋਂ ਹੀ ਮੇਰੇ ਤੇ ਇਲਜ਼ਾਮ ਲੱਗਦੇ ਇਹਨੇ ਦਾ ਪਹਿਰਾਵਾ ਦੇਖ ਲਓ, ਇਹਦਾ ਪਹਿਰਾਵਾ, ਤੇ ਮੈਂ ਹਟਿਆ ਨਹੀਂ, ਹਾਂਜੀ, ਮੈਂ ਆਪਣਾ ਪਹਿਰਾਵਾ ਨਹੀਂ ਬਦਲਿਆ, ਬਿਲਕੁਲ ਨਾ ਮੇਰੇ ਨਾਲ ਦੇ ਨੇ ਬਦਲਿਆ, ਬਿਲਕੁਲ ਜੀ। ਮਤਲਬ ਉਹ ਬੰਦੇ ਦੇ ਅੰਦਰ ਕਿੱਡੀ ਵੱਡੀ ਤਾਕਤ ਹੋਏਗੀ, ਜੇ ਮੈਂ ਉਹਦੀ ਜਗ੍ਹਾ ਹੁੰਦਾ ਮੈਂ ਸ਼ਾਇਦ ਅਨਮੋਲ ਨੂੰ ਸੇਵਾ ਦੇਣ ਨਾ ਆਉਂਦਾ, ਕਿਉਂਕਿ ਮੈਂ ਸੋਚਣਾ ਸੀਗਾ ਕਿ 5-star ਹੋਟਲ 'ਚ ਬੈਠਾ ਰੋਟੀ ਖਾ ਰਿਹਾ ਜੀ, ਤੇ ਇਹ ਕਿੱਥੋਂ ਸੇਵਾ 'ਚ ਪੈਸੇ ਲਾਉਂਦਾ ਹੋਣਾ, ਖਾਂਦਾ ਹੀ ਹੋਣਾ ਇਹ, ਤਾਂ ਬੰਦਾ ਕਹਿੰਦਾ ਯਾਰ ਇੰਨੇ ਕੱਪੜੇ ਇੰਨੇ ਮਹਿੰਗੇ ਪਾਏ ਆ, ਇਹ ਸੇਵਾ ਭਾਵ ਨਾਲ ਕਿੱਥੋਂ ਹੋਊਗਾ, ਬਿਲਕੁਲ। ਸ਼ੁਰੂ ਤੋਂ ਹੀ ਸਾਡੇ ਸਾਨੂੰ ਕੀ ਸੋਚ ਕੇ ਵੱਡਾ ਕੀਤਾ ਗਿਆ ਕਿ
ਜਿਹੜੇ ਸੇਵਾਦਾਰ ਨੇ ਉਹ ਸੇਵਾਦਾਰ ਲੱਗਣੇ ਚਾਹੀਦੇ ਨੇ। ਹਾਂਜੀ ਅਸੀਂ ਸੇਵਾਦਾਰ ਲੱਗਦੇ ਨੀ, ਅਸੀਂ ਮੈਚਿੰਗਾਂ ਕਰਦੇ ਰਹਿ ਗਏ, ਜਰਾਬ ਬਰਾਊਨ ਰੰਗ ਦੀ ਪਾਲੀ, ਕੋਟ ਪਾ ਲਿਆ ਜੀ, ਤੇ ਹਨਾ, ਪਰ ਸਾਡੀ ਇਹ ਬੰਦਾ ਜਾਨ ਹੈ ਔਰ ਇਹ ਵੀ ਮੈਨੂੰ ਉਨਾ ਹੀ ਪਿਆਰ ਕਰਦੇ ਨੇ ਜਿੰਨਾ ਮੈਂ ਕਰਦਾ ਹਨਾ। ਹੁਣ ਜੇ ਅਸੀਂ ਦੋਨੋਂ ਇੱਕ ਦੂਜੇ ਨੂੰ ਬੋਲ ਕੇ ਦੱਸੀਏ ਕਿ ਹਾਓ ਮਚ ਯੂ ਲਵ ਮੀ ਤੇ ਇਹ ਕਵੇ ਨਹੀਂ ਕਰ ਸਕਦੇ ਸਾਬਤ, ਬਿਲਕੁਲ, ਪਰ ਪਿਆਰ ਬੜਾ। ਪਤਾ ਨੀ ਇਹਨਾਂ ਨੇ ਕੀ ਦੇਖ ਲਿਆ ਸਾਡੇ ਚ, ਤੇ ਅਸੀਂ ਤਾਂ ਚਲੋ ਦੇਖ ਹੀ ਲਿਆ ਨਾ, ਬਾਣੇ ਚ ਨੇ, ਗੁਰਸਾਹਿਬ ਦੇ ਸਿੰਘ ਨੇ, ਇਹਨਾਂ ਨੂੰ ਦੇਖ ਕੇ ਤਾਂ ਵੈਸੇ ਸਿਰ ਝੁੱਕ ਜਾਂਦਾ। ਉਹ ਗੱਲ ਲੱਗ ਗਿਆ ਕਿ ਇਹਨਾਂ ਨੂੰ ਜਾਣਨ ਦਾ ਮੈਨੂੰ ਮੌਕਾ ਮਿਲਿਆ, ਪੋਡਕਾਸਟ ਕਰ ਲਏ ਮੈਂ 6 ਬਾਈ ਨਾਲ, ਹੁਣ ਤਾਂ ਦੁਨੀਆ ਵੀ ਜਾਣਦੀ ਇਹਨਾਂ ਬਾਰੇ ਕਿ ਇਹਨਾਂ ਦੀ ਨੇਚਰ ਕੀ ਹੈ। ਹੁਣ ਤਾਂ ਇਹਨਾਂ ਦੇ ਪੋਡਕਾਸਟ ਸੁਣਨ ਤੋਂ ਬਾਅਦ ਬੰਦਾ ਇਹਨਾਂ ਤੇ ਬੁੱਕ ਲਿਖ ਸਕਦਾ ਕਿ ਜੱਸਾ ਬਾਈ ਕੀ ਨੇ, ਤੇ ਮੈਂ ਉਹ ਹੈਰਾਨ ਸੀ ਕਿ ਉਸ ਟੇਬਲ ਤੇ ਬੈਠਾ ਕਿ ਇਹ ਬੰਦੇ ਦੇ ਕੀ ਦਿਲ ਚ ਆਇਆ ਕਿ ਇਹਨੇ ਬੈਠਾ ਮੈਨੂੰ ਦੇਖਿਆ ਤੇ ਚੈੱਕ ਕੱਟ ਕੇ ਲਿਆਇਆ ਕਿ ਬਾਈ ਸੇਵਾ ਜੀ, ਤੇ ਮੈਂ ਹੱਥ ਜੋੜੇ, ਮੈਂ ਕਿਹਾ ਮੈਂ ਸੇਵਾ ਤਾਂ ਨਹੀਂ ਲੈ ਸਕਦਾ, ਤੁਸੀਂ ਆਇਓ ਜੀ ਬਾਈ। ਮਤਲਬ ਇੰਨੇ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਅੱਜ ਵੀ ਉਹ ਕਹਿੰਦੇ ਨੇ ਯਾਰ ਅਨਮੋਲ ਦੀ ਸੇਵਾ ਅਲੱਗ ਹੈ, ਉਹਦੀ ਪਰਸਨਲ ਲਾਈਫ ਅਲੱਗ ਹੈ, ਬਿਲਕੁਲ, ਔਰ ਇਸ ਪਹਿਰਾਵੇ ਨਾਲ ਜਿਹੜਾ ਮੈਨੂੰ ਅਸੈਪਟ ਕੀਤਾ ਜਾ ਰਿਹਾ, ਮੈਨੂੰ ਇੰਨੀ ਕੁ ਖੁਸ਼ੀ ਹੈ ਨਾ ਕਿ ਮੈਨੂੰ ਆਪਣਾ ਰੂਪ ਨਹੀਂ ਬਦਲਣਾ ਪਿਆ, ਕਿਉਂਕਿ ਮੈਨੂੰ ਲੋਕ ਕਹਿੰਦੇ ਸੀਗੇ ਕਿ ਜਿਵੇਂ ਦੇ ਲੋਕ ਜੋ ਚਾਹੁੰਦੇ ਨੇ ਉਵੇਂ ਦਾ ਬਣ, ਮੈਂ ਨਹੀਂ, ਉਵੇਂ ਦਾ ਨਹੀਂ ਮੇਰੇ ਕੋਲ ਬਣਨਾ, ਬਿਲਕੁਲ ਜੀ, ਮੈਂ ਪੈਸੇ ਨਹੀਂ ਫੜੂੰਗਾ ਨਾ, ਜਿੱਦਾਂ ਹੁਣ ਭੈਣ ਦਾ ਇਲਾਜ ਹੋਣਾ ਜੀ, ਇਹਦੇ ਚੋਂ ਕੀ ਲੈਣਾ ਤੁਸੀਂ ਮੇਰੇ ਕੋਟ ਤੋਂ ਜੀ, ਤੁਸੀਂ ਇਹਨੂੰ ਆ ਕੇ ਮਿਲੋ, ਵੀਡੀਓ ਲਾਈਵ ਚੱਲ ਰਹੀ ਹੈ, ਇਹਨੂੰ ਆ ਕੇ ਮਿਲੋ, ਜਿੱਥੇ ਇਹ ਐਡਮਿਟ ਹੋਊਗੀ ਉੱਥੇ ਆ ਕੇ ਇਹਨੂੰ ਇਲਾਜ ਕਰਾ ਦਿਓ, ਦਵਾਈਆਂ ਦੇ ਜੋ, ਇਹਦੇ ਚੋਂ ਮੈਂ ਕੀ ਲੈਣਾ ਤੇ ਤੁਸੀਂ ਕੀ ਲੈਣਾ ਮੇਰੇ ਤੋਂ, ਬਿਲਕੁਲ, ਇਹ ਤਾਂ ਇੱਕ ਜਰੀਆ ਜੀ, ਜਰੀਆ ਜਰੀਆ, ਤੁਸੀਂ ਲਿਖਿਆ ਵੀ ਹੋਇਆ, ਹਾਂ ਆ ਇੱਕ ਜਰੀਆ ਬਲ ਕਿ ਬਸ ਇੱਕ ਜਰੀਆ ਬਣ ਕੇ ਅਸੀਂ, ਕਿਉਂਕਿ ਮੈਂ ਚਾਹੁੰਦਾ ਬਾਈ 26-27 ਸਾਲ ਦੀ ਉਮਰ ਚ ਮੈਂ ਹੁਣ ਕੀ ਤਿਆਗਦਾ ਆਪਣਾ ਸਾਰਾ ਕੁਛ ਜੀ, ਤੇ ਹੁੰਦੀ ਮੇਰੀ ਵੀ ਜੇ ਉਮਰ ਬਾਈ 45-50 ਸਾਲ ਹੁੰਦੀ ਨਾ, ਮੈਂ ਜ਼ਿੰਦਗੀ ਜੀ ਹੁੰਦੀ, ਸ਼ਾਇਦ ਮੈਂ ਤਿਆਗ ਦਿੰਦਾ ਜੀ, ਬਿਲਕੁਲ, ਪਰ ਮੇਰੀ ਹਜੇ ਜ਼ਿੰਦਗੀ ਚੱਲ ਰਹੀ ਹੈ, ਮੇਰੇ ਸ਼ੌਂਕ ਨੇ, ਬਿਲਕੁਲ, ਤੇ ਮੈਨੂੰ ਇੰਨੀ ਖੁਸ਼ੀ ਹੈ ਕਿ ਲੋਕ ਉਹਦੇ ਨਾਲ ਹੀ ਮੈਨੂੰ ਅਸੈਪਟ ਕਰ ਰਹੇ ਨੇ ਕਿ ਯਾਰ ਉਹ ਜਿਵੇਂ ਦਾ ਵੀ ਹੈ, ਉਹਦੀ ਸੇਵਾ ਦੇਖੋ, ਉਹਦੇ ਕੱਪੜੇ ਨਾ ਦੇਖੋ, ਉਹਦੀ ਬੋਲੀ ਨਾ ਦੇਖੋ ਜੀ, ਉਹਦੇ ਪੋਡਕਾਸਟ ਨਾ ਦੇਖੋ ਜੀ, ਤੇ ਮੈਨੂੰ ਅੱਜ ਉਹ ਬੰਦੇ ਨੇ ਇੰਨੀ ਮੋਟੀਵੇਸ਼ਨ ਦਿੱਤੀ ਨਾ ਜੀ, ਤੇ ਉਸ ਤੋਂ ਬਾਅਦ ਉੱਥੇ ਜਿਹੜੇ ਵੇਟਰ ਭਰਾ ਸੀ ਉਹ ਇਕੱਠੇ ਹੋ ਗਏ ਜੀ, 500-500 ਰੁਪਏ ਪਾ ਕੇ ਕਿ ਮੇਰੀ ਸੇਵਾ ਲਵਾਓ, ਵਾਹਿਗੁਰੂ ਜੀ, ਤੇ ਮਤਲਬ ਉੱਥੇ ਕੈਮਰਾਮੈਨ ਸੀਗਾ ਗੇਟ ਤੇ ਜਾਂਦੇ ਜਾਂਦੇ, ਮੈਨੂੰ ਕਹਿੰਦਾ ਬਾਈ ਸੇਵਾ ਫੜ ਸਕਦੇ ਹੋ ਇੱਥੇ ਜੀ, ਤਾਂ ਉਹ ਬੜੀ ਬਹੁਤ ਅਨਮੋਲ ਮੂਮੈਂਟ ਤੁਸੀਂ ਫੀਲ ਕਰਕੇ ਦੇਖੋ ਕਿ ਚਲੋ ਜੇ ਅਸੀਂ ਵੀ ਪਹਿਰਾਵੇ ਚ ਸੋਸ਼ਲ ਵਰਕਰ ਲੱਗੇ ਹੁੰਦੇ ਕਿ ਇੱਕੋ ਸੂਟ ਚ ਮੈਂ ਰੋਜ਼ ਘੁੰਮਦਾ ਹੁੰਦਾ ਤੇ ਮੈਂ ਵੀ ਸੇਵਾਦਾਰ ਦਿਖਦਾ, ਉਦੋਂ ਤਾਂ ਸਮਝ ਵੀ ਆਉਂਦਾ ਕਿ ਸੰਗਤ ਮੈਨੂੰ ਪੈਸੇ ਫੜਾ ਰਹੀ ਹੈ, ਇਸ ਰੂਪ ਚ ਮੈਨੂੰ ਸੰਗਤ ਪੈਸੇ ਆਫਰ ਕਰਦੀ ਹੈ, ਚਲੋ ਮੈਂ ਅਜੇ ਤੱਕ ਨਹੀਂ ਲਿੱਤੇ ਨਾ ਮੈਂ ਲਊਂਗਾ, ਪਰ ਉਹ ਮੈਨੂੰ ਕਿੱਕ ਬੜੀ ਦਿੰਦੀ ਚੀਜ਼ ਕਿ ਯਾਰ ਮਤਲਬ ਇੰਨੀ ਸੋਹਣੀ ਦੁਨੀਆ, ਇੰਨੇ ਚੰਗੇ ਲੋਕ ਨੇ, ਤੇ ਜੱਸੇ ਬਾਈ ਦਾ ਜੋ ਪੋਡਕਾਸਟ ਆਇਆ ਯਾਰ ਜ਼ਰੂਰ ਸੁਣੇ, ਤਾਂ ਅਸੀਂ ਜੱਸੇ ਬਾਈ ਦੀ ਲੋਕੇਸ਼ਨ ਤੇ ਵੀ ਚੱਲਦੇ ਹਾਂ, ਚਲੋ ਸਾਡੀ ਲੋਕੇਸ਼ਨ ਦਾ ਹਿੱਸਾ ਜੀ, ਪਰ ਆਹ ਦੱਸਿਓ ਵੀਰ ਇੱਕ ਮਿੰਟ ਮਾਤਾ ਜੀ ਬਾਰੇ ਤੁਸੀਂ ਦੱਸ ਰਹੇ ਸੀ, ਮਾਤਾ ਜੀ ਕੀ ਕੇਸ ਆ ਤੁਹਾਡਾ, ਕੌਣ ਹੈ? ਮੈਂ ਤਾਂ ਜੀ ਇਕੱਲੀ ਹੋਈ ਹਾਂ। ਕਿੰਨੇ ਬੱਚੇ ਤੁਹਾਡੇ? ਮੇਰੇ 5 ਬੱਚੇ ਨੇ, ਮੈਂ ਥੋੜਾ ਜਿਹਾ ਮੇਰਾ 8-9 ਹਜ਼ਾਰ ਰੁਪਇਆ ਕਿਰਾਇਆ ਹੋਇਆ। 5 ਬੱਚੇ ਨੇ ਤੁਹਾਡੇ? ਮੁੰਡੇ ਕਿੰਨੇ? ਮੁੰਡੇ 2, ਕੁੜੀਆਂ 3। ਕੀ ਚਾਹੀਦਾ ਅੱਜ, ਤੁਸੀਂ ਕੀ ਕਰਨਾ ਆਏ ਹੋ ਉੱਥੇ? ਮੈਂ ਪੈਸੇ ਨਹੀਂ ਅਰਦਾਸ ਕਰਨਾ। ਪੈਸੇ ਕੀ ਕਰਨੇ ਤੁਸੀਂ? ਮੈਂ ਕਿਰਾਇਆ ਦੇਣਾ ਕਮਰੇ ਦਾ। ਤੇ ਤੁਹਾਡਾ ਘਰ ਵਾਲਾ? ਘਰ ਵਾਲਾ 30 ਸਾਲ ਹੈ। 30 ਸਾਲ ਹੋ ਗਏ। ਨਹੀਂ ਨਹੀਂ ਦੱਸੋ, ਰੋਵੋ ਨਾ, ਕੀ ਹੋਇਆ ਘਰ ਵਾਲੇ ਨੂੰ ਤੁਹਾਡੇ? ਐਕਸੀਡੈਂਟ ਹੋ ਗਿਆ। ਡੈਥ ਹੋ ਗਈ। ਹੁਣ ਘਰ 'ਚ ਕੌਣ ਆ ਤੁਹਾਡੇ? ਮੈਂ ਤਾਂ ਇਕੱਲੀ ਹੋਈ ਹਾਂ। 5 ਬੱਚੇ ਹੋਣ ਤੋਂ ਬਾਅਦ ਵੀ ਮਾਤਾ ਇਕੱਲੀ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੱਸੋ ਬਾਈ ਕੀ ਵੇਖੋ ਤਾਂ ਸਹੀ, ਸੁਣ ਕੇ ਤਾਂ ਵੇਖੋ ਵੀ ਦੁੱਖ ਕਿਹੋ ਜਿਹਾ ਹੁਣ ਮਾਤਾ ਦੀ। ਇਹ ਆਪਣੀ ਮਾਂ ਬੈਠੀ ਹੈ, ਕਿਸੇ ਦੀ ਮਾਂ ਨਹੀਂ ਹੈ, ਇਸੇ ਪੰਜਾਬ 'ਚ ਰਹਿੰਦੇ ਹਾਂ, ਇਹਨਾਂ ਇਨਸਾਨੀਅਤ ਦਾ ਧਰਮ ਵੱਡਾ ਧਰਮ ਆ, ਇਹ ਇਨਸਾਨੀਅਤ ਲਈ ਤਾਂ ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਗਏ ਆਪਣੇ ਤੋਂ, ਨਹੀਂ ਉਹ ਵੀ ਤਾਂ ਜਿਉਂ ਸਕਦੇ ਸੀ ਬਾਈ ਜੀ, ਲਾਈਫ ਆਪਣੇ ਲਈ ਹੋਏ ਨੇ, ਕਰਾਂਗੇ ਅਸੀਂ ਮਦਦ ਕਰਾਂਗੇ ਤੁਹਾਡੀ। ਵਾਹਿਗੁਰੂ ਬੇਟਾ, ਇਹਨਾਂ ਦੇ ਕੱਲ ਘਰ ਦਾ ਦੇਖ ਕੇ ਆਇਓ ਸਿਸਟਮ, ਜੋ ਵੀ ਹੈਗਾ ਮਦਦ ਕਰਕੇ ਆਇਓ ਇਹਨਾਂ ਦੀ, ਪਾਣੀ ਲਿਓ, ਕੋਈ ਗੱਲ ਨਹੀਂ ਮਾਤਾ ਜੀ, ਤੁਸੀਂ ਘਬਰਾਓ ਨਾ,
ਦੇਖੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਵੀ ਗੁਰੂ ਦੇ ਬੱਚੇ ਨੇ, ਅਸੀਂ ਵੀ ਗੁਰੂ ਦੇ ਬੱਚੇ ਆ ਤੇ ਰੋਂਦੇ ਚੰਗੇ ਲੱਗਦੇ। ਬਿਲਕੁਲ ਉਹੀ ਤਾਂ ਗੱਲ ਹੈ, ਇਹਨਾਂ ਨੂੰ ਦੇਖ ਨਹੀਂ ਨਾ ਸਕਦੇ ਮਾਤਾ ਗੁਜਰ ਕੋਲ, ਇਹਨਾਂ ਚ ਹੀ ਹੈ ਇਹਨਾਂ ਦੀ ਕਲੇਜੇ ਨੂੰ ਠੰਡ ਪਾਣਾ। ਮੈਨੂੰ ਲੱਗਦਾ ਕਿ ਵੀਰੇ ਗੁਰਸਾਹਿਬ ਦੇ ਪਰਿਵਾਰ ਨੂੰ ਆਪੇ ਕਲੇਜੇ ਨੂੰ ਠੰਡ ਪਾਉਣੀ, ਕਿਉਂਕਿ ਉਹਨਾਂ ਨੇ ਤਾਂ ਸਾਡੇ ਲਈ ਕੁਰਬਾਨੀ ਦਿੱਤੀ। ਇੱਥੇ ਹੀ ਹੱਸਦੇ ਨੇ ਗੁਰੂ ਸਾਹਿਬ ਦੀ ਖੁਸ਼ੀ ਇੱਥੇ ਹੀ ਮਿਲਦੀ। ਇਹ ਕੋਈ ਫਿਲਮ ਤਾਂ ਨਹੀਂ ਚੱਲ ਰਹੀ, ਇਹ ਲਾਈਵ ਚੱਲ ਰਿਹਾ। ਲਾਈਵ ਦਾ ਮਤਲਬ ਹੁੰਦਾ ਕਿ ਲਾਈਵ, ਕੋਈ ਵੀਡੀਓ ਰਿਕਾਰਡਡ ਨਹੀਂ। ਲਾਈਵ ਦਾ ਮਤਲਬ ਕਿ ਤੁਸੀਂ ਮਹਿਸੂਸ ਕਰੋ ਇਸ ਜਗ੍ਹਾ ਨੂੰ। ਇਹ ਜਗ੍ਹਾ 365 ਦਿਨ ਪਿਛਲੇ 8-9 ਸਾਲ ਹੋਣ ਵਾਲੇ ਨੇ, 2016 ਤੋਂ ਚੱਲਦੀ ਆ ਰਹੀ ਹੈ। ਕਿੰਨੀ ਇਸ ਟੀਮ ਦੀ ਕੁਰਬਾਨੀ ਹੈ ਜਿਹੜੀ ਕਦੀ ਕੈਮਰੇ ਅੱਗੇ ਆਈ ਨਹੀਂ। 7:30 ਦਾ ਟਾਈਮ ਹੈ, ਇੱਥੇ ਮੈਂ 8:30 ਪਹੁੰਚਿਆ ਤੇ ਪਿਛਲੇ 1.5 ਘੰਟੇ ਤੋਂ ਸਚਿਨ ਭਾਜੀ, ਅਪਾਰ ਭਾਜੀ, ਪ੍ਰਿਯੂ ਵੀਰਾ ਇਹੀ ਮਰੀਜ਼ ਦੇਖ ਰਹੇ ਨੇ, ਇਹੀ ਅਨਮੋਲ ਨੇ, ਇਹੀ ਟੀਮ ਹੈ। ਔਰ ਮੈਂ ਉਹੀ ਗੱਲ ਹੈ, ਸ਼ਬਦਾਂ ਦੀ ਘਾਟ ਹੋ ਜਾਂਦੀ ਜਦੋਂ ਮੈਂ ਬੋਲਣ ਤੇ ਆਉਂਦਾ ਕਿ ਮੈਂ ਕੀ ਬੋਲਾਂ ਐਸਾ ਜਿਹੜਾ ਤੁਹਾਨੂੰ ਦਿਲ 'ਚ ਲੱਗੇ ਤੇ ਤੁਸੀਂ ਇਹਨਾਂ ਦੀ ਮਦਦ ਕਰਨ ਆਓ। ਸਾਡੇ ਕੋਲ ਯੂਥ ਆਉਂਦੀ ਵੀ ਹੈ, ਇਹ ਨਹੀਂ ਕਿ ਆਉਂਦੀ ਨਹੀਂ, ਪਰ ਉਸ ਪੱਧਰ ਤੇ, ਜਿਸ ਪੱਧਰ ਤੇ ਲੋਕ ਮਦਦ ਲੈਣ ਲਈ ਆਉਂਦੇ ਨੇ ਉਸ ਪੱਧਰ ਤੇ ਨਹੀਂ ਆਉਂਦੇ। ਬਿਲਕੁਲ। ਔਰ ਸਾਡੇ ਕੋਲ ਜੱਸਾ ਵੀਰ ਲੰਗਰ ਦੀ ਸੇਵਾ ਲੈ ਕੇ ਮੈਂ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਤਕਰੀਬਨ 6-7 ਮਹੀਨਿਆਂ ਤੋਂ ਬਾਈ ਜੀ ਦਾ ਇੱਕ ਵੀ ਨਾਗਾ ਨਹੀਂ ਹੈਗਾ। ਮੇਰੀ ਸ਼ਾਇਦ ਇੱਕ ਅੱਧੀ ਛੁੱਟੀ ਇੱਥੇ ਹੋ ਗਈ ਹੋਏਗੀ, ਪਰ ਬਾਈ ਜੀ ਨੇ ਇੱਕ ਨਾਗਾ ਨਹੀਂ ਲਾਇਆ। ਕਈ ਵਾਰ ਅਸੀਂ ਫੋਨ ਕਰਦੇ ਹਾਂ ਬਾਈ ਨੂੰ ਕਿ ਵੀਰੇ ਅੱਜ ਤੁਸੀਂ ਪ੍ਰਸ਼ਾਦਾ ਰਹਿਣ ਦਿਓ, ਮਰੀਜ਼ ਘੱਟ ਨੇ, ਕਹਿੰਦੇ ਨਹੀਂ ਉੱਥੇ ਇੱਕ ਸਰੀਰ ਵੀ ਹੋਏਗਾ ਤਾਂ ਵੀ ਮੈਂ ਲੰਗਰ ਲੈ ਕੇ ਆਊਂਗਾ। ਤੇ ਪਿਛਲੇ 6-7 ਮਹੀਨਿਆਂ ਤੋਂ ਰੈਗੂਲਰਲੀ ਬਾਈ ਜੀ ਇੱਥੇ ਆਪਣੀ ਲੰਗਰ ਦੀ ਸੇਵਾ ਇੱਥੇ ਵਰਤਾ ਰਹੇ ਨੇ ਤੇ ਬਾਈ ਜੀ ਅੱਜ ਤੁਸੀਂ ਸਾਨੂੰ ਲੰਗਰ ਦੇ ਵੀ ਦਰਸ਼ਨ ਕਰਾਓ। ਕੀ ਅੱਜ ਬਾਈ? ਹਾਂਜੀ, ਦੁੱਧ ਪ੍ਰਸ਼ਾਦਾ ਖਿਚੜੀ ਦਾਲ ਬਾਈ ਜੀ ਹਮੇਸ਼ਾ ਦੀ ਤਰ੍ਹਾਂ। ਅੱਛਾ ਜੀ, ਇਹ ਗੁਰੂ ਦਾ ਲੰਗਰ ਜੋ ਹਮੇਸ਼ਾ ਆਪਣੇ ਨਾਲ ਰਹਿੰਦਾ, ਦਾਣਾ ਪਾਣੀ ਦੀ ਖੇਡ ਬਾਬੇ ਨਾਨਕ ਦੀ ਚਲਾਈ ਆ ਮਹਾਰਾਜ ਨੇ, ਚੁਣਿਆ ਇਹਨਾਂ ਸਰੀਰਾਂ ਤੱਕ ਪਹੁੰਚਦਾ ਜੀ। ਸਾਨੂੰ ਨਾ ਹਮੇਸ਼ਾ ਸ਼ੁਰੂ ਤੋਂ ਹੀ ਨਾ ਬਾਈ, ਅਸੀਂ ਪਹਿਲਾਂ ਇੱਥੇ ਥਾਲੀ ਸਿਸਟਮ ਵੀ ਸ਼ੁਰੂ ਕੀਤਾ ਸੀਗਾ ਅੱਜ ਤੋਂ 6 ਮਹੀਨੇ ਪਹਿਲਾਂ, ਕਿ ਮਰੀਜ਼ ਨਾ ਇੱਥੇ ਰਾਤ ਨੂੰ 9 ਵੱਜ ਜਾਂਦੇ ਨੇ, ਵਿਚਾਰੇ ਕਿੱਥੇ ਜਾ ਕੇ ਰੋਟੀ ਪਕਾਣਗੇ ਖਾਣਗੇ ਜੀ ਬਾਈ। ਤੇ ਗੁਰੂ ਸਾਹਿਬ ਨੇ ਐਸੀ ਬਰਕਤ ਕੀਤੀ ਕਿ ਬਾਈ ਜਗਰਾਓ ਦੇ ਕੋਲੋਂ ਆਪਣੇ ਪਿੰਡ ਦੇ ਵਿੱਚੋਂ ਲੰਗਰ ਬਣਾ ਕੇ ਰੋਜ਼ ਇਸ ਸੰਗਤ ਲਈ ਲੈ ਕੇ ਆਉਂਦੇ ਨੇ। ਔਰ ਜਿਹੜੀ ਸਹੀ ਵਰਤੋਂ ਲੰਗਰ ਦੀ ਉਹ ਇਹ ਹੈ, ਬਾਈ ਜੀ ਨੇ ਪੋਡਕਾਸਟ ਵੀ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ, ਉਹ ਸੁਣਿਓ, ਮੈਂ ਬਾਰ ਬਾਰ ਕਹਿ ਰਿਹਾ, ਕਮੈਂਟਾਂ 'ਚ ਮੈਂ ਲਿੰਕ ਪਾਊਂਗਾ। 2 ਘੰਟੇ 38 ਮਿੰਟ ਦਾ ਪੋਡਕਾਸਟ ਹੈ ਔਰ ਉਹ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦਾ ਲਾਈਫ ਚੇਂਜਿੰਗ ਪੋਡਕਾਸਟ ਹੋਏਗਾ ਜੇ ਸੁਣ ਲਿਆ ਬਹਿ ਕੇ। ਮੈਸੇਜ ਆਇਆ ਹਜੇ ਪੋਡਕਾਸਟ, ਮੈਂ ਤਾਂ ਸੁਣਿਆ ਵੀ ਨਹੀਂ, 26 ਮਿੰਟ ਦਾ ਸੁਣਿਆ। ਤੇ ਉਹ ਵੀਰਾ ਕਹਿੰਦਾ ਵੀ ਮੈਂ ਨਾ ਪੋਡਕਾਸਟ ਸੁਣਿਆ ਤੇ ਮੈਂ ਅੱਜ ਤੋਂ ਕੇਸ ਰੱਖ ਲਿਆ ਆਪਣੇ, ਪਹਿਲੀ ਅਜੇ ਆਪਾਂ ਅੱਜ ਦੀ ਹੁਣ ਦੀ ਥੋੜੇ ਟਾਈਮ ਪਹਿਲਾਂ ਦੀ ਗੱਲ ਹੈ, 1.5 ਘੰਟਾ ਪਹਿਲਾਂ ਬਈ। ਇਸ ਤੋਂ ਵੱਡੀ ਪ੍ਰਾਪਤੀ ਹੋਰ ਕੀ ਹੋ ਗਈ ਤੁਹਾਡੇ ਲਈ? ਬਸ ਆਪਾਂ ਤਾਂ ਕਹਿੰਦੇ ਮਹਾਰਾਜ ਨੇ ਜੋ ਬੁਲਵਾਇਆ ਸੀਗਾ ਚੰਗਾ ਹੀ ਹੋਇਆ, ਵੀ ਇੱਕ ਨੇ ਤਾਂ ਮੰਨੀ, ਬਾਕੀ ਵੀ ਸੰਗਤ ਬੇਅੰਤ ਪਿਆਰ ਦਿੰਦੀ ਆ ਜੀ ਹਮੇਸ਼ਾ ਦੀ ਤਰ੍ਹਾਂ ਮਹਾਰਾਜ ਮਿਹਰ ਕਰਨ। ਤੇ ਸਾਰਾ ਇਹ ਸਾਡੀ ਇੱਕ ਲੋਕੇਸ਼ਨ ਹੈ ਜਿੱਥੇ ਮਰੀਜ਼ ਆਉਂਦੇ ਨੇ, ਇੱਕ ਦੀ ਮਰੀਜ਼ ਦੀ ਆਪਣੀ ਆਪਣੀ ਕਹਾਣੀ ਹੈ। ਮੈਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ, ਕਿਸੇ ਵੀ ਗੁਰੂ ਨੂੰ ਮੰਨਦੇ ਹੋ, ਸਾਰੇ ਗੁਰੂਆਂ ਦੀ ਬਾਣੀ 'ਚ ਇੱਕੋ ਹੀ ਗੱਲ ਖੋਲ ਖੋਲ ਕੇ ਸਮਝਾਈ ਗਈ ਹੈ, ਇਨਸਾਨੀਅਤ ਦੀ ਸੇਵਾ, ਮਨੁੱਖਤਾ ਦੀ ਸੇਵਾ, ਸੰਗਤ ਦੀ ਸੇਵਾ ਤੋਂ ਉੱਤੇ ਕੋਈ ਸੇਵਾ ਨਹੀਂ। ਤੇ ਮੈਂ ਬੜਾ ਸ਼ੁਕਰਗੁਜ਼ਾਰ ਹੋਊਂਗਾ ਜੇ ਤੁਸੀਂ ਇੱਥੇ ਸੇਵਾ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਦੇਖ ਜਾਓ, ਪੈਸੇ ਨਾ ਦਿਓ। ਵੀਡੀਓ 'ਚ ਜੱਜ ਕਰਨਾ ਬੜਾ ਔਖਾ ਹੈ, ਘਰੇ ਬਹਿ ਕੇ ਤੁਹਾਨੂੰ ਨਹੀਂ ਪਤਾ ਲੱਗ ਸਕਦਾ ਕਿ ਅਸੀਂ ਸੱਚੇ ਹਾਂ ਕਿ ਅਸੀਂ ਝੂਠੇ ਹਾਂ, ਔਰ ਅਸੀਂ ਆਪਣੇ ਸੱਚੇ ਬਣਨ ਲਈ ਵੀਡੀਓ ਬਣਾਉਂਦੇ ਵੀ ਨਹੀਂ, ਅਸੀਂ ਸੇਵਾ ਦੇਖੋ ਆ ਕੇ। ਜਿਹੜੇ ਮਰੀਜ਼ ਆਉਂਦੇ ਨੇ ਸਾਨੂੰ ਇਹਨਾਂ ਦੇ ਨਾਮ ਨਹੀਂ ਪਤਾ, ਸਾਡੇ ਕੋਈ ਇਹਨਾਂ ਨਾਲ ਰਿਸ਼ਤੇ ਨਹੀਂ ਹੈ, ਯੂਥ ਆਈ ਹੈ ਬਈ, ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ। ਆ ਜਾਓ ਬਾਈ, ਕਿੱਥੋਂ ਆਏ ਹੋ ਤੁਸੀਂ? ਕਿੱਥੋਂ ਆਏ ਹੋ? ਅੱਛਾ ਰਾੜਾ, ਤੁਸੀਂ ਵੀਡੀਓ ਦੇਖ ਕੇ ਆਏ ਹੋ, ਕਿਵੇਂ ਮਹਿਸੂਸ ਹੁੰਦਾ ਇੱਥੇ ਆਏ ਹੋ, ਦੇਖ ਰਹੇ ਹੋ, ਕੀ ਫੀਡਬੈਕ ਹੈ ਤੁਹਾਡਾ? ਅੱਛਾ, ਐਗਰੀਕਲਚਰ ਕਰਦੇ ਹੋ? ਅੱਛਾ ਜੀ, ਕਿਵੇਂ ਮਹਿਸੂਸ ਹੋ ਰਿਹਾ ਬਾਈ ਇੱਥੇ ਆ ਕੇ? ਫਿਰ
ਬੜਾ ਸ਼ੁਕਰ ਗੁਜ਼ਾਰ ਹਾਂ ਬਾਈ ਤੁਸੀਂ ਆਏ ਹੋ ਤੇ ਮੈਂ ਸਾਰੀ ਸੰਗਤ ਦਾ ਬੜਾ ਧੰਨਵਾਦੀ ਹਾਂ ਜਿੰਨੇ ਵੀ ਵੀਰ ਇੱਥੇ ਆਉਂਦੇ ਨੇ ਆਇਆ ਕਰੋ ਇੱਥੇ ਆਉਣ ਤੋਂ ਬਾਅਦ ਤੁਹਾਡੇ ਮਨ ਦੇ ਬਹੁਤ ਵਹਿਮ ਦੂਰ ਹੋ ਜਾਣਗੇ ਇੱਥੇ ਆਉਂਗੇ ਬੈਠੋਗੇ ਮਹਿਸੂਸ ਕਰੂੰਗੇ ਕਿੱਦਾਂ ਐਨ ਜੀ ਓ ਚੱਲਦੀ ਹੈ ਕਈ ਲੋਕਾਂ ਦਾ ਇਹ ਵੀ ਕਹਿਣਾ ਜੀ ਮਰੀਜ਼ਾਂ ਨੂੰ ਪੈਸੇ ਦਵਾਉਣ ਤੋਂ ਬਾਅਦ ਵਾਪਸ ਲੈ ਲੈਂਦੇ ਹੋ ਕਦੀ ਆ ਕੇ ਬਹਿ ਕੇ ਸਮਝੋ ਤਾਂ ਸੀ ਕਿ ਅਸੀਂ ਮਰੀਜ਼ ਨੂੰ ਪੈਸੇ ਦਵਾਉਂਦੇ ਹਾਂ ਉਹ ਪਿੱਛੋਂ ਪਿੱਛੇ ਨਿਕਲ ਵੀ ਜਾਂਦਾ ਲੈ ਕੇ ਕਿ 20,000 ਮੈਨੂੰ ਦਵਾਤਾ ਨਿਕਲੋ ਫਿਰ ਉਹਨਾਂ ਦੇ ਘਰੇ ਜਾ ਕੇ ਪੈਸੇ ਲਿਆ ਕੇ ਹਾਸਪਿਟਲ ਜਮ੍ਹਾਂ ਕਰਾਉਣੇ ਪੈਂਦੇ ਨੇ ਰਸਤੇ 'ਚ ਪਤਾ ਲੱਗਦਾ ਬਾਪੂ ਨੇ 1,000 ਰੁਪਏ ਪੂਏ ਤੇ ਉਡਾਤਾ ਆਇਆ ਆਪਣੇ ਮੁੰਡੇ ਦੇ ਇਲਾਜ ਲਈ ਸੀ ਪਰ ਉਹਨੂੰ 20,000 ਰੁਪਏ ਡੋਨਰ ਕੋਲ ਦਵਾਇਆ ਉਹ ਜਮ੍ਹਾਂ ਕਰਾਉਣ ਜਾਣਾ ਸੀ ਹਾਸਪਿਟਲ ਪਰ ਬਾਪੂ ਪਿੱਛੋਂ ਖਿਸਕ ਗਿਆ ਤੇ ਉਹਦੇ ਜਦੋਂ ਤੱਕ ਘਰ ਪਹੁੰਚੇ ਤਾਂ 2,000 ਰੁਪਏ ਉੜ ਗਿਆ ਵਿੱਚੋਂ ਕੋਈ ਬਾਪੂ ਜੀ ਨੇ ਪੈਗ ਲਾ ਲਏ ਬੜਾ ਸੌਖਾ ਹੈ ਘਰੇ ਬਹਿ ਕੇ ਕਹਿਣਾ ਕਿ ਏਦਾਂ ਨਹੀਂ ਹੁੰਦਾ ਉੱਦਾਂ ਨਹੀਂ ਹੁੰਦਾ ਪਰ ਪ੍ਰੈਕਟੀਕਲੀ ਜਦੋਂ ਇਸ ਐਨ ਜੀ ਓ ਨੂੰ ਆ ਕੇ ਬਹਿ ਕੇ ਚਲਾਉਣਾ ਪੈਣਾ ਨਾ ਕਿ ਕਿੱਦਾਂ ਪ੍ਰੋਸੈਸ ਕਰਦੇ ਹੋ ਤੁਸੀਂ ਮੈਂ ਪਿਛਲੀ ਇੰਟਰਵਿਊ 'ਚ ਗੱਲ ਕਹੀ ਸੀ ਮੈਨੂੰ ਮਾਂ ਨੇ ਰੋਕ ਲਿਆ ਮੈਂ ਕਹਿੰਦਾ ਜਿਹੜਾ ਦਾਨ ਦਾ ਪੈਸਾ ਖਾਵੇ ਜਾਂ ਆਪਣੇ ਤੇ ਲਾਵੇ ਉਹਨੂੰ ਕੀੜੇ ਪੈਣ ਖਾਸ ਕਰ ਸਾਡੀ ਟੀਮ ਦੇ ਵਿੱਚੋਂ ਕੱਲਾ ਅਨਮੋਲ ਹੀ ਨਹੀਂ ਤੁਸੀਂ ਨਾਮ ਕੱਲੇ ਅਨਮੋਲ ਤੇ ਲਾਉਂਦੇ ਹੋ ਅਸਲ ਹਿਸਾਬ ਕਿਤਾਬ ਬਾਕੀ ਟੀਮ ਮੈਂਬਰਾਂ ਕੋਲ ਹੁੰਦਾ ਸਾਰਾ ਪੈਸਿਆਂ ਦਾ ਹਿਸਾਬ ਕਿਤਾਬ ਜਿਹੜਾ ਵੀ ਇਸ ਐਨ ਜੀ ਓ ਦੇ ਵਿੱਚੋਂ 1 ਰੁਪਏ ਦੀ ਵੀ ਬੇਈਮਾਨੀ ਕਰੇ ਕੋਈ ਕੁੰਡੀ ਲਾਵੇ ਜਾਂ ਇਸ ਐਨ ਜੀ ਓ ਦੇ ਦਾਨ ਨੂੰ ਆਪਣੇ ਤੇ ਲਾਵੇ ਉਹਦਾ ਕੱਖ ਨਾ ਰਵੇ ਉਹਦੀ ਪੀੜ੍ਹੀਆਂ ਹੀ ਖਤਮ ਹੋ ਜਾਣ ਕਿਉਂਕਿ ਦਾਨ ਦਾ ਪੈਸਾ ਹਜ਼ਮ ਨਹੀਂ ਹੁੰਦਾ ਪਰ ਫਿਰ ਵੀ ਇਹ ਤਾਂ ਹੋ ਗਈਆਂ ਕਹਿਣ ਦੀਆਂ ਗੱਲਾਂ ਕਿ ਜੀ ਮੈਂ ਕਹਿਤਾ ਮੈਂ ਸੌਂਹਾਂ ਖਾ ਲੀਆਂ ਦੂਜੀ ਗੱਲ ਹੋ ਗਈ ਪ੍ਰੈਕਟੀਕਲੀ ਗੱਲ ਇਹ ਹੈ ਕਿ ਇੱਥੇ ਆਓ ਸਾਨੂੰ ਪੁੱਛੋ ਕਿ ਕਿਵੇਂ ਤੁਹਾਡੀ ਐਨ ਜੀ ਓ ਚੱਲਦੀ ਹੈ ਕਿਵੇਂ ਤੁਸੀਂ ਮਰੀਜ਼ਾਂ ਨੂੰ ਚੈੱਕ ਕਰਦੇ ਹੋ ਕਿਵੇਂ ਪੈਸੇ ਦਵਾ ਕੇ ਕਿੱਥੇ ਜਮ੍ਹਾਂ ਕਰਾਉਂਦੇ ਹੋ ਕੀ ਤੁਹਾਡਾ ਹਿਸਾਬ ਕਿਤਾਬ ਹੈ ਕਿਹੜੇ ਹਸਪਤਾਲ 'ਚ ਕਿੰਨਾ ਬੈਲੈਂਸ ਹੈ ਕੀ ਬਿੱਲ ਹੈ ਤੁਹਾਨੂੰ ਸਾਰੀ ਡਿਟੇਲ ਮਿਲੂਗੀ ਮੈਂ ਵੀਡੀਓ 'ਚ ਇਹ ਵੀ ਚੈਲੰਜ ਕੀਤਾ ਸੀ ਬਾਈ ਮੈਂ ਕਿਹਾ ਸਾਨੂੰ ਇੱਕ ਖਜ਼ਾਨਚੀ ਦੇ ਦਿਓ ਖਜ਼ਾਨਚੀ ਕੌਣ ਹੁੰਦਾ ਬਾਈ ਸਾਰਾ ਹਿਸਾਬ ਰੱਖਣ ਵਾਲਾ ਇਸ ਐਨ ਜੀ ਓ ਦਾ ਹਿਸਾਬ ਰੱਖਣ ਵਾਲਾ ਜੇ ਕੋਈ ਸਾਨੂੰ ਬੰਦਾ ਮਿਲ ਜਾਵੇ ਸਾਡੀ ਜ਼ਿੰਦਗੀ 'ਚ ਬਹੁਤ ਵੱਡੀ ਪ੍ਰਾਪਤੀ ਹੋਏਗੀ ਕਿ ਕਿੰਨੀ ਰੋਜ਼ ਦੀ ਡੋਨੇਸ਼ਨ ਹੋਈ ਕਿਹੜੇ ਮਰੀਜ਼ ਨੂੰ ਦਿੱਤੀ ਕਿਹੜੇ ਹਸਪੀਟਲ ਐਡਮਿਟ ਹੋਈ ਕਿੰਨੇ ਤੁਹਾਡੇ ਦਵਾਈਆਂ ਦੇ ਕੱਟੇ ਗਏ ਕਿੰਨੇ ਆਪਰੇਸ਼ਨਾਂ ਦੇ ਕੱਟੇ ਗਏ ਮੈਂ ਹੈਰਾਨ ਹਾਂ ਬਾਈ ਕਈ ਵਾਰ ਦੱਸੇ ਬਾਈ ਮੈਂ ਹੈਰਾਨ ਹਾਂ ਕਿ ਲੋਕਾਂ ਨੂੰ ਇਸ ਐਨ ਜੀ ਓ ਤੇ ਕਿੰਤੂ ਪਰਿੰਤੂ ਕਰਨ ਦਾ ਟਾਈਮ ਹੈ ਪਰ ਇੱਥੇ ਆ ਕੇ ਬਹਿ ਕੇ ਇਸ ਐਨ ਜੀ ਓ ਦਾ ਹਿਸਾਬ ਸਾਂਭਣ ਨੂੰ ਟਾਈਮ ਹੈ ਨਹੀਂ ਅੱਜ ਤੱਕ ਦੁਨੀਆਂ 'ਚ ਕੋਈ ਐਸੀ ਮੈਨੂੰ ਦੁਕਾਨ ਦੱਸ ਦਿਓ ਕੋਈ ਐਸੀ ਐਨ ਜੀ ਓ ਦੱਸ ਦਿਓ ਜਿਹਨੇ ਸ਼ਰੇਆਮ ਕਿਹਾ ਹੋਵੇ ਕਿ ਆਓ ਸਾਡੀ ਆ ਕੇ ਕੁਰਸੀ ਤੇ ਬਹਿ ਜਾਓ ਕੋਈ ਨਹੀਂ ਬਿਠਾਉਂਦਾ ਅਸੀਂ ਰੋਜ਼ ਕਹਿੰਦੇ ਹਾਂ ਕਿ ਆਓ ਬੈਠੋ ਕਿ ਸਾਡਾ ਵੀ ਕੰਮ ਹਲਕਾ ਕਰੋ ਹੁਣ ਜਦੋਂ ਮੈਨੂੰ ਪਤਾ ਕਿ ਜੱਸਾ ਵੀਰਾ ਮੇਰਾ ਵੱਡਾ ਭਰਾ ਹੈ ਸਾਡੇ 'ਚ ਕੋਈ ਫਰਕ ਨਹੀਂ ਤਾਂ ਹਿਸਾਬ ਭਾਵੇਂ ਇਹ ਸਾਂਭੇ ਤਾਂ ਭਾਵੇਂ ਮੈਂ ਸਾਂਭਾ ਕੋਈ ਫਰਕ ਨਹੀਂ ਸਗੋਂ ਕਿ ਮੈਂ ਪਿਛਲੀ ਇੰਟਰਵਿਊ 'ਚ ਕਿਹਾ ਸੀਗਾ ਮੈਂ ਕਿਹਾ ਬਾਈ ਅਸੀਂ ਨਾ ਤੁਹਾਨੂੰ ਅੱਗੇ ਲਵਾ ਕੇ ਨਾ ਅਸੀਂ ਤੁਹਾਡੇ ਸਿਰ ਤੇ ਐਸ਼ ਕਰਨ 'ਚ ਜ਼ਿਆਦਾ ਠੀਕ ਮਹਿਸੂਸ ਸਮਝਦੇ ਹਾਂ ਕਿ ਯਾਰ ਕੋਈ ਗੱਲ ਜੱਸੇ ਵੀਰੇ ਨਾਲ ਗੱਲ ਕਰੋ ਮਤਲਬ ਬੰਦਾ ਸ਼ੈਲਟਰ 'ਚ ਜ਼ਿਆਦਾ ਵਧੀਆ ਮਹਿਸੂਸ ਕਰਦਾ ਕਿ ਮੇਰਾ ਵੱਡਾ ਭਰਾ ਬੈਠਾ ਕਿਉਂਕਿ ਵੱਡਾ ਭਰਾ ਬਣਨਾ ਬੜਾ ਔਖਾ ਹੈ ਬਿਲਕੁਲ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲਣਾ ਸਾਰੇ ਟੀਮ ਮੈਂਬਰਾਂ ਨੂੰ ਖੁਸ਼ ਰੱਖਣਾ ਸਾਰਾ ਦਿਨ ਘਰਦਿਆਂ ਨੂੰ ਵੀ ਟਾਈਮ ਨਾ ਦੇਣਾ ਆਪਣਾ ਕਾਰੋਬਾਰ ਬਾਰੇ ਵੀ ਸੋਚਣਾ ਤੇ ਇਹੀ ਕਿਤੇ ਇੱਕ ਬੰਦਾ ਅੱਗੇ ਲੱਗਿਆ ਹੋਵੇ ਅਸੀਂ ਸਿਰਫ ਉਹਨੂੰ ਫੋਲੋ ਕਰਨਾ ਕਿ ਹਾਂਜੀ ਬਾਈ ਜੱਸਾ ਜੀ ਦੱਸੋ ਹੁਣ ਕੀ ਕਰੀਏ ਹੁਣ ਬਾਈ ਗੁਰਪ੍ਰੀਤ ਜੀ ਤੁਸੀਂ ਦੱਸੋ ਅਸੀਂ ਕੀ ਕਰੀਏ ਤਾਂ ਵਧੀਆ ਬੜੇ ਚੰਗੇ ਲੋਕ ਵੀ ਨੇ ਬੜੇ ਭੈਣ ਭਰਾ ਆਉਂਦੇ ਵੀ ਨੇ ਪਰ ਮੈਨੂੰ ਵਧੀਆ ਲੱਗਦਾ ਜਦੋਂ ਮੈਂ ਯੂਥ ਨਾਲ ਇੰਟਰੈਕਟ ਕਰਦਾ ਚਲੋ ਕਿਸੇ ਦੇ ਕੋਈ ਮਨ ਦੇ ਸਵਾਲ ਬਾਈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ
ਕੋਈ ਤੁਹਾਡੇ ਮਨ ਦਾ ਸਵਾਲ ਹੋਵੇ, ਕੋਈ ਡਾਊਟ ਹੋਵੇ ਤੁਹਾਡੇ ਮਨ ਦੇ ਵਿੱਚ? ਸਾਰੀ ਟੀਮ ਜਿਹੜਾ ਹੁੰਦਾ ਉਹ ਖਤਮ ਹੋਇਆ। ਅੱਛਾ, ਜਿਹੜਾ ਹੁੰਦਾ ਉਹ ਇੱਥੇ ਖਤਮ ਹੋ ਗਿਆ। ਅੱਛਾ, ਤੁਸੀਂ ਇੱਕ ਵਾਰੀ ਚਾਹੁੰਦੇ ਹੋ ਬਈ ਕਿ ਪੰਜਾਬ ਦੀ ਯੂਥ ਨੂੰ, ਜਿੱਦਾਂ ਹੁਣ ਸਪੋਜ਼ ਅਸੀਂ ਜੇ ਇੱਥੇ ਸਟੋਰੀ ਪਾ ਦਈਏ ਕਿ ਫਲਾਣੇ ਸਿੰਗਰ ਨੇ ਆਉਣਾ, ਤਾਂ ਇੱਥੇ 5000 ਬੰਦੇ ਦਾ ਇਕੱਠ ਹੋ ਜਾਏਗਾ ਉਹਨੂੰ ਦੇਖਣ ਲਈ, ਪਰ ਉਹਨਾਂ ਨੂੰ ਇਹ ਮਾਂ ਦੇ ਹੰਝੂ ਦੇਖ ਕੇ ਇੱਥੇ ਆਉਣ ਲਈ ਮਜਬੂਰ ਕਿਉਂ ਨਹੀਂ ਹੁੰਦੇ ਕਿ 5 ਜਵਾਕ ਨੇ, 5 ਨਹੀਂ ਪੁੱਛਦੇ ਤੇ ਮਾਤਾ ਰੋ ਰਹੀ ਹੈ? ਇਹਨਾਂ ਨੂੰ ਉਹ ਬਾਪੂ ਜੀ ਅਫਗਾਨਿਸਤਾਨ ਤੋਂ ਆਏ ਟੁੱਟੀ ਬਾਂਹ ਨਾਲ, ਉਹ ਕਿਉਂ ਨਹੀਂ ਨਜ਼ਰ ਆਉਂਦੇ ਕਿ ਉਹਨਾਂ ਦੀ ਮਦਦ ਦੀ ਲੋੜ ਹੈ? ਇਹਨਾਂ ਨੂੰ ਦੇਖਣ ਲਈ ਯੂਥ ਕਿਉਂ ਨਹੀਂ ਆਉਂਦੀ? ਕਮੈਂਟ ਕਰਨੇ ਸੌਖੇ ਆ, ਪਰ ਮੈਂ ਚਲੋ ਸ਼ੁਕਰਗੁਜ਼ਾਰ ਹਾਂ ਕਿ ਜਿੰਨੇ ਵੀ, ਦੇਖੋ ਗੱਲ ਪਤਾ ਕੀ ਆ, ਉਹ ਚਿੜੀ ਵਾਲੀ ਐਗਜ਼ਾਮਪਲ ਸਭ ਨੇ ਸੁਣੀ ਹੈ, ਮੈਂ ਦੁਬਾਰਾ ਨਹੀਂ ਸੁਣਾਉਣੀ ਕਿ ਅੱਗ ਲੱਗ ਜਾਂਦੀ ਹੈ ਤੇ ਚਿੜੀ ਬੁਝਾਉਣ ਲੱਗੀ। ਸਾਨੂੰ ਪਤਾ ਅਸੀਂ ਸਾਰਾ ਸਿਸਟਮ ਠੀਕ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਵੱਲੋਂ ਬਹੁਤ ਜ਼ੋਰ ਲਾ ਰਹੇ ਹਾਂ। ਜਿੰਨੀ ਸਾਡੇ 'ਚ ਤਾਕਤ ਹੈ, ਜਿੰਨੀ ਸਾਡੇ 'ਚ ਮਾਝ ਨੇ ਬਲ ਦਿੱਤਾ, ਅਸੀਂ ਪੂਰਾ ਲਾਇਆ ਹੋਇਆ। ਉਹਨਾਂ ਨੂੰ ਰੋਕ ਲਓ ਬੇਟਾ, 2 ਮਿੰਟ ਰੋਕ ਲਓ, 2 ਮਿੰਟ ਰੋਕ ਲਓ, ਪੂਰਾ ਬਲ ਲਾਇਆ ਹੋਇਆ, ਪੂਰਾ ਜ਼ੋਰ ਲਾਇਆ ਹੋਇਆ, ਔਰ ਮਹਾਰਾਜ ਐਂ ਸੱਚੀ ਨੀਅਤ ਨਾਲ ਲਾਈ ਰੱਖਣ ਸਾਰਿਆਂ ਦੇ ਸੁਜੈਸ਼ਨਸ ਸਿਰ ਮੱਥੇ। ਜਿੰਨੀ ਵੀ ਯੂਥ ਸਾਡੀ ਇਹ ਵੀਡੀਓ ਸੁਣ ਰਹੀ ਹੈ, ਸਾਡੇ ਨਾਲ ਆ ਕੇ ਸਾਨੂੰ ਆਪਣੇ ਬੱਚੇ ਛੋਟੇ ਭਰਾ ਬਣਾ ਕੇ ਸਾਨੂੰ ਦੱਸੋ ਜੇ ਅਸੀਂ ਕਿਤੇ ਗਲਤ ਆ। ਬਿਲਕੁਲ ਹੋ ਸਕਦਾ ਅਸੀਂ ਗਲਤ ਹੋਈਏ, ਸਾਨੂੰ ਤੁਹਾਡੀ ਕੋਈ ਬੈਟਰ ਸੁਜੈਸ਼ਨ ਮਿਲ ਜਾਵੇ, ਅਸੀਂ ਹੋਰ ਬਿਹਤਰ ਕਰ ਲਈਏ, ਪਰ ਗਾਲਾਂ ਕੱਢਣ ਨਾਲ ਅਸੀਂ ਠੀਕ ਨਹੀਂ ਹੋ ਸਕਦੇ। ਬਿਲਕੁਲ, ਸਾਨੂੰ ਤੁਸੀਂ ਆਓ ਦੱਸੋ ਕਿ ਵੀਰੇ ਤੁਸੀਂ ਇਸ NGO ਨੂੰ ਹੋਰ ਵਧੀਆ ਤਰੀਕੇ ਨਾਲ ਚਲਾਓ। ਸਾਨੂੰ ਕਈ ਵਾਰ ਲੋਕ ਸੁਜੈਸ਼ਨ ਦੇ ਦਿੰਦੇ ਨੇ, ਤੁਸੀਂ ਐਵੇਂ ਕਰ ਲਓ, ਉਵੇਂ ਕਰ ਲਓ, ਫਿਰ ਜਦੋਂ ਅਸੀਂ ਕਈ ਵਾਰ ਸਾਡੇ ਨਾਲ ਲੱਗੋ ਫਿਰ ਨਾਲ ਲੱਗਦੇ ਨੇ। ਸਾਨੂੰ ਕਹਿੰਦੇ ਨੇ ਜੀ ਤੁਸੀਂ ਐਂ ਕਿਉਂ ਨਹੀਂ ਕਰਦੇ, ਤੁਸੀਂ ਉਹ ਫਲਾਣਾ ਹਸਪੀਟਲ ਫ੍ਰੀ ਆ ਉੱਥੇ ਕਿਉਂ ਨਹੀਂ ਭੇਜਦੇ? ਹੁਣ ਇੱਥੇ ਆਉਂਗੇ ਮੈਂ ਦੱਸੂਗਾ ਨਾ, ਕਈ ਭੇਤ ਐਸੇ ਨੇ ਜਿਹੜੇ ਮੈਂ ਵੀਡੀਓ 'ਚ ਬੋਲ ਨਹੀਂ ਸਕਦਾ। ਕਿਉਂ ਬਾਈ? ਬਿਲਕੁਲ ਨਹੀਂ ਬੋਲ ਸਕਦਾ। ਕੁਝ ਭੇਤ ਐਸੇ ਨੇ ਸਾਡੇ, ਬਿਲਕੁਲ ਜੀ, ਜਿਹੜੇ ਅਸੀਂ ਬੋਲਣ ਤੇ ਆਵਾਂਗੇ ਤਾਂ ਲੋਕ ਕਹਿਣਗੇ ਨੈਗੇਟਿਵਿਟੀ ਫੈਲਾਉਂਦਾ ਜੀ। ਕੁਝ ਸਾਡੇ ਹੀ ਆਪਸ 'ਚ ਇੱਦਾਂ ਦੇ ਭੇਤ ਨੇ ਦੁਨੀਆਂ ਨੂੰ ਲੈ ਕੇ, ਜਾਂ ਕੁਝ ਚਿਹਰਿਆਂ ਨੂੰ ਲੈ ਕੇ, ਕਿ ਅਸੀਂ ਚੁੱਪ ਆ ਕਿ ਨਹੀਂ ਯਾਰ ਜੇ ਅਸੀਂ ਬੋਲਾਂਗੇ ਨਾ ਲੋਕਾਂ ਨੇ ਕਹਿਣਾ ਯਾਰ ਮਾੜਾ ਬੋਲਦਾ ਉਹਨੂੰ ਜੀ। ਉਹ ਆਫ ਕੈਮਰਾ ਹੋ ਸਕਦੇ ਨੇ ਕਿ ਤੁਸੀਂ ਆਓ ਬੈਠੋ ਸਾਨੂੰ ਦੱਸੋ। ਹੁਣ ਜਿਵੇਂ ਬਾਈ ਨੇ ਪੋਡਕਾਸਟ ਦੇ ਵਿੱਚ ਦੱਸਿਆ ਕਿ ਸਾਡਾ ਪੰਜਾਬ ਕਿਵੇਂ ਬਚ ਸਕਦਾ, ਪ੍ਰੈਕਟੀਕਲ ਐਗਜ਼ਾਮਪਲ ਦਿੱਤਾ ਬਾਈ। ਬਾਈ ਦੀ 28-29 ਸਾਲ ਉਮਰ ਹੈ, ਪਿਛਲੇ 13 ਸਾਲ ਤੋਂ ਲੰਗਰ ਦੀ ਸੇਵਾ ਪੈਰੀ ਨੰਗੇ ਪੈਰੀ ਬਿਨਾਂ ਬੂਟ ਤੋਂ ਕਰ ਰਹੇ ਨੇ, ਕਿੱਡਾ ਵੱਡਾ ਤਪ ਹੈ। ਇਹਨਾਂ ਨਾਲ ਸੈਲਫੀਆਂ ਕਰਾਓ, ਜੇ ਬੰਦਾ ਮੈਨੂੰ ਕੋਈ ਪੁੱਛੇ ਨਾ ਪੰਜਾਬ 'ਚ ਤੂੰ ਕਿਹਦੇ ਵਰਗਾ ਬਣਨਾ, ਬਾਈ ਜੱਸੇ ਵਰਗਾ। 12-13 ਸਾਲ ਦਾ ਤਪ ਬਾਈ, ਸੋਚ ਕੇ ਦੇਖੋ, ਰੋਜ਼ ਆਉਣਾ ਇੱਕੋ ਬਾਣੇ 'ਚ ਗੁਰੂ ਦੀ ਸੇਵਾ ਸਮਝ ਕੇ ਰੋਜ਼। ਇਹਨਾਂ ਦਾ ਫੈਨ ਕੌਣ ਹੈ? ਇਹਨਾਂ ਨਾਲ ਸੈਲਫੀਆਂ ਕਰਾਉਣ ਕਿੰਨੇ ਕੁ ਜਾਣੇ ਆਉਂਦੇ ਨੇ? ਸੂਰਮੇ ਤਾਂ ਅਸਲ ਇਹ ਨੇ, ਕਿੰਨਾ ਤਪ ਹੈ ਇਹਨਾਂ 'ਚ, ਕਿੰਨੀ ਅੰਦਰ ਕਿੰਨੀ, ਤੂੰ ਸੋਚ ਸੋਚ ਕੇ ਦੇਖੋ ਯਾਰ, ਰੋਜ਼ ਆਉਣਾ ਬਾਈ। ਪਰ ਮੈਂ ਸ਼ੁਕਰਗੁਜ਼ਾਰ ਹਾਂ, ਸਾਡਾ ਭਰਾ ਹੈ, ਸਾਡੀ ਜਾਨ ਹੈ, ਔਰ ਸਾਡੇ ਨਾਲ ਇੱਕ ਔਰ ਇੱਕ ਕਹਿੰਦੇ 11 ਹੁੰਦੇ ਆ, ਪਰ ਸਾਡੇ ਨਾਲ ਤਾਂ 1.25 ਲੱਖ ਨੇ, 1.25 ਲੱਖ ਦੇ ਬਰਾਬਰ ਹੈ ਬਾਈ। ਤੇ ਬੜਾ ਸ਼ੁਕਰਗੁਜ਼ਾਰ ਹਾਂ ਮੈਂ ਜਿੰਨੇ ਵੀ ਵੀਰ ਇੱਥੇ ਆਉਂਦੇ ਨੇ, ਤੁਸੀਂ ਵੀ ਜ਼ਰੂਰ ਇੱਥੇ ਆਇਓ ਇੱਕ ਵਾਰੀ, ਮਿਲਿਓ ਆ ਕੇ, ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।